जब पावन खास जब पावन खास जब पावन खास जब पावन जब पावन ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰੇ ਕ੍ਰਿਸ਼ਨ ਤਿਹਾਈਆ ਜਿਸ ਜਿੱਥੇ ਸੁਖ ਦੁੱਖ ਜਾਏ ਤੇ ਬਹਾਦਰ ਸਿਮਰੀਐ ਘਰ ਨੌਂਦ ਤੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਬੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ ਕਿਰਪਾ ਕਰਨੀ ਮਹਾਰਾਜ ਜੀਓ ਪਰਿਵਾਰ ਦੇ ਸਿਸ ਤੇ ਮਿਹਰਾਂ ਭਰਿਆ ਹੱਥ ਰੱਖਣਾ ਬਾਣੀ ਬਾਣੀ ਦੇ ਨਾਲ ਜੋੜਨਾ ਆਉਣ ਵਾਲਾ ਸਮਾਂ ਖੁਸ਼ੀਆਂ ਵਾਲਾ ਬਖਸ਼ਿਸ਼ ਕਰਨਾ ਸਤਿਗੁਰੂ ਜੀ ਪਰਿਵਾਰ ਦੇ ਇਸ ਗ੍ਰਹਿ ਵੇਖੇ ਸੁੱਖ ਸ਼ਾਂਤੀ ਰੱਖਣੀ ਕਰੋ ਕਿਰਪਾ ਮਹਾਰਾਜ ਜੀ ਉਹ ਲਾਹੀ ਪ੍ਰਮਾਣ ਬਖਸ਼ਿਸ਼ ਕਰਕੇ ਸਭ ਸੰਗਤਾਂ ਨੂੰ ਨਿਹਾਲੋ ਨਿਹਾਲ ਕਰੋ ਸੁਖ ਪੜ੍ਹਦੇ ਸੁਣਦੇ ਲਾਹੇਵੰਦ ਹੋਵਨ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੰਤਾ ਤਾਂ ਜੀ ਕੀਤੀ ਆ ਜੋ ਅਨਹੋਣੀ ਹੋਈ ਜੋ ਮਾਰਗ ਸੁਧਾਰ ਕੋ ਨਾਨਕ ਫਿਰ ਨਹੀਂ ਕੋ ਧੰਨ ਧੰਨ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਜੀ ਨੇ ਲਿਖਿਆ ਤਿਹਾ ਹੁਕਮ ਕਮਾਏ, ਹਲੇ ਆਵੇ ਨਾਕਾ ਸਦੇ। ਕਿੰਨੇ ਜਜ਼ਬੇ ਕਤਲ ਹੋਏ ਹੋਣਗੇ ਇਹਦਾ ਸਿਰਫ ਮੈਂ ਤੇ ਸ਼ਬਦਾਂ ਵਿੱਚ ਅੰਦਾਜ਼ਾ ਲਾ ਸਕਦਾ, ਮੈਂ ਦੱਸ ਨਹੀਂ ਸਕਦਾ ਇਸ ਪ੍ਰਭਾਵ ਨੂੰ ਕਿਵੇਂ ਇਹਨਾਂ ਦੀ ਪੀੜ ਕੀ ਲਿਖੀ। ਸੋ ਸਮਾਂ ਬੜਾ ਹੋ ਚੁੱਕਾ, ਮੈਨੂੰ ਪਰਮਾਤਮਾ ਨੂੰ ਹੁਕਮ ਹੋਇਆ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਸ਼ੋਕ ਸਮਾਗਮ ਦੇ ਵਿੱਚ ਸਰਕਾਰ ਰੂਹਾਂ ਹਾਜ਼ਰ, ਸੋ ਉਹਨਾਂ ਰੂਹਾਂ ਦੇ ਵਿੱਚੋਂ ਸਾਡੇ ਹਲਕੇ ਦੇ MLA ਗੁਰੂ ਪ੍ਰਤਾਪ ਸਿੰਘ ਜੀ ਬਟਾਲਾ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਕੇ ਪਹੁੰਚੇ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਜਿੱਥੇ ਵਿਛੜੀ ਹੋਈ ਆਤਮਾ ਸ਼ਰਧਾਂਜਲੀ ਭੇਟ ਕਰਕੇ ਉੱਥੇ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨਗੇ ਹਲਕਾ MLA ਗੁਰੂ ਪ੍ਰਤਾਪ ਸਿੰਘ ਜੀ ਬਟਾਲਾ ਸਾਹਿਬ। ਜੁੜ ਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਥਾਂ ਕਿਸੇ ਨਾਹੀਂ ਚਾਰਾ ਅਗੋ ਕੀਜੇ ਸਭ ਨਮਸਕਾਰਾ। ਇਹ ਆਪਾਂ ਨੂੰ ਪਹਾੜਾ ਮੰਨਣਾ ਹੀ ਪੈਂਦਾ, ਇਹ ਪਰਮਾਤਮਾ ਆਪਾਂ ਨੂੰ ਮਨਾ ਕੇ ਛੱਡਦੇ ਨੇ, ਇੱਥੇ ਆ ਕੇ ਇਨਸਾਨ ਹਾਰ ਜਾਂਦਾ, ਲੇਕਿਨ ਫਿਰ ਉਹਨਾਂ ਦੀ ਜ਼ਿੰਦਗੀ ਤੋਂ ਬਹੁਤ ਵੱਡਾ ਸਬਕ ਮਿਲਦਾ, ਜਿਹੜਾ ਹਰ ਇੱਕ ਪ੍ਰਾਣੀ ਨੂੰ ਬਹੁਤ ਵੱਡੀ ਗਿਣਤੀ ਵਿੱਚ ਆਪਾਂ ਰਿਸ਼ਤੇਦਾਰ ਸਾਕ ਸੰਬੰਧੀ ਦੋਸਤ ਮਿੱਤਰ ਸਰਦਾਰ ਜਗਦੀਸ਼ ਸਿੰਘ ਜੀ ਦੇ ਭਾਈਵੰਦ ਸਾਰੇ ਆਏ ਆ, ਸਾਰੀਆਂ ਪਾਰਟੀਆਂ ਦੇ ਆਗੂ ਸਾਹਿਬਾਨ ਬੈਠੇ ਆ। ਸੋ ਕੁਛ ਨਾ ਕੁਛ ਜ਼ਰੂਰ ਆਪਾਂ ਨੂੰ ਉਸ ਆਪਣੇ ਵੀਰ ਦੀ ਜੀਵਨੀ ਤੋਂ ਕੁਛ ਸਿੱਖ ਕੇ ਜਾਣਾ ਚਾਹੀਦਾ, ਉਹੀ ਉਹਦੇ ਪ੍ਰਤੀ ਸੱਚੀ ਸ਼ਰਧਾ ਹੋਵੇਗੀ। ਇੰਨਾ ਕੁਛ ਕਹਿੰਦਾ ਹੋਇਆ ਸਾਰੇ ਪਰਿਵਾਰ ਦਾ ਦੁੱਖ ਵਧਾਉਣ ਦੀ ਕੋਸ਼ਿਸ਼ ਕਰਦੇ ਹੋਏ, ਦੁੱਖ ਵਧਾਉਂਦੇ ਹੋਏ ਗੁਰਬਾਣੀ ਦਾ ਪ੍ਰਮਾਣ ਹੈ ਵਿੱਚ ਦੁਨੀਆ ਸਿਹਤ ਸਮਾਈਏ ਤੇ ਦਰਗਾਹ ਦਰਸ਼ਨ ਪਾਈਏ। ਆਪਾਂ ਸਭ ਨੂੰ ਯਕੀਨ ਹੈ ਕਿ ਜਿਤਨੀ ਸੇਵਾ ਨਾਥ ਲੋਕ ਵਿੱਚ ਕਰਕੇ ਗਏ ਨੇ, ਰਾਮੇ ਵਾਲੇ ਲਈ ਕਰਕੇ ਗਏ ਨੇ, ਗਰੀਬ ਗੁਰਬੇ ਲਈ, ਲੋੜਵੰਦਾਂ ਲਈ ਸਰਦਾਰ ਜਸਪਾਲ ਸਿੰਘ ਜੀ ਕਾਲਾ ਕਰਕੇ ਗਏ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਸਭ ਵਾਸਤੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਪੁੱਛਣਾ। ਇੰਨਾ ਕੁਛ ਕਹਿੰਦਾ ਹੋਇਆ ਉਸ ਬਹੁਤ ਹੀ ਮਹਾਨ ਸ਼ਖਸੀਅਤ ਨੂੰ ਸ਼ਬਦਾਂ ਦੇ ਤੌਰ 'ਤੇ ਕਰਦਾ ਅਤੇ ਸਾਰੀ ਸੰਗਤ ਨੂੰ ਕਿਰਪਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦਾ ਦੁੱਖ ਵਡਾਇਆ, ਸਿਆਣਿਆਂ ਦਾ ਕਰ ਰਹੇ ਹਾਂ ਕਿ ਦੁੱਖ ਦੁੱਖ ਵਡਾਇਆ ਜਾਵੇ ਤਾਂ ਦੁੱਖ ਘੱਟਦਾ ਆ। ਜ਼ਰੂਰ ਤੁਹਾਡੀ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਨੂੰ ਇਸ ਬਣਨ ਦਾ ਜ਼ਰੂਰ ਪ੍ਰਾਪਤ ਹੋਊਗੀ ਅਤੇ ਮੈਂ ਇਹੀ ਫਿਰ ਤੁਹਾਡਾ ਧੰਨਵਾਦ ਕਰਦਾ ਹੋਇਆ ਔਰ ਇਹੀ ਪਰਮਾਤਮਾ ਨੂੰ ਔਰ ਪਰਿਵਾਰ ਵੱਲੋਂ ਕਿ ਤੁਸੀਂ ਇੱਕ ਇੱਕ ਜੋ ਵੀ ਆਏ ਆ ਜ਼ਰੂਰ ਮਾਣਾ ਮੋੜਾ ਜੋ ਪਰਿਵਾਰ ਵੱਲੋਂ ਤਰੰਟਾ ਫੁਲਟਾ ਇਹ ਜੋ ਲੰਗਰ ਆ ਅਤੇ ਸਾਰਿਆਂ ਦੇ ਲੰਗਰ ਛੱਡ ਕੇ ਜਾਣਾ। ਫਿਰ ਪਰਮਾਤਮਾ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਹੋਈਆਂ ਭੁੱਲਾਂ ਚੁੱਕਾਂ ਅਤੇ ਗੁਨਾਹਾਂ ਦੀ ਜੋ ਮਾਫੀ ਇਹਨਾਂ ਸ਼ਬਦਾਂ ਦੇ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਣਾ ਪ੍ਰਸ਼ਾਦੀ ਦੇ ਖਾਸ
ਪਿਛਲੀ ਕੋਠੜੀ ਵਿੱਚ
ਬਣ ਕਰਕੇ ਬਾਣੀਏ ਨੇ ਇੱਕ ਕਾਗਜ਼ ਲੀਤਾ, ਇੱਕ ਕਲਮ ਲਵਾ ਲੀਤੀ, ਇੱਕ ਕਾਗਜ਼ ਦੇ ਉੱਤੇ ਲਿਖ ਦਿੱਤਾ ਏ ਕਿ ਜਿਹੜਾ ਜਿਉਣਾ ਹੈ ਉਹ ਝੂਠ ਹੈ। ਇੱਕ ਕਾਗਜ਼ 'ਤੇ ਲਿਖ ਦਿੱਤਾ ਕਿ ਜਿਉਣਾ ਝੂਠ ਹੈ। ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਜਗ ਰਚਨਾ ਸਭ ਝੂਠ ਹੈ, ਜਾਣ ਕੀ ਹੋਰੇ ਵੀ ਕਹਿੰਦੇ ਕਿ ਸੰਸਾਰ ਝੂਠ ਹੈ। ਇੱਕ ਕਾਗਜ਼ 'ਤੇ ਲਿਖ ਦਿੱਤਾ ਕਿ ਜਿਉਣਾ ਝੂਠ ਹੈ, ਦੂਸਰੇ 'ਤੇ ਲਿਖ ਦਿੱਤਾ ਕਿ ਮਰਨਾ ਸੱਚ ਹੈ। ਇੱਕ ਕਾਗਜ਼ 'ਤੇ ਜਿਉਣਾ ਝੂਠ ਲਿਖ ਕੇ, ਇੱਕ 'ਤੇ ਮਰਨਾ ਸੱਚ ਲਿਖ ਕੇ ਬਾਣੀਏ ਦੇ ਪਿਛਲੀ ਕੋਠੜੀ 'ਚੋਂ ਦੋਨੇ ਕਾਗਜ਼ਾਂ ਦੀਆਂ ਪੁੜੀਆਂ ਬੰਨ੍ਹੀਆਂ, ਸਵਾਰ ਕੇ ਕੁੱਟ ਕੇ ਪੁੜੀਆਂ ਬੰਨ੍ਹੀਆਂ, ਪੁੜੀਆਂ ਬੰਦ ਕਰਕੇ ਬਾਹਰ ਲਿਆ ਕਰਕੇ ਮਰਦਾਨੇ ਨੂੰ ਪਕੜਾ ਦਿੱਤੀ। ਮਰਦਾਨੇ ਨੇ ਦੋਨੇ ਕੁੜੀਆਂ ਫੜੀਆਂ ਅਤੇ ਜੇਬ ਵਿੱਚ ਪਾਈਆਂ, ਵਾਪਸ ਮੁੜ ਤੁਰਿਆ। ਰਸਤੇ ਵਿੱਚ ਤੁਰਿਆ ਆਉਂਦਾ ਸੋਚਦਾ ਮਨਾ ਭਈ ਮਾਇਆ ਬਹੁਤ ਜ਼ਿਆਦੀ ਸੀ, ਸੌਦਾ ਬੜਾ ਹਲਕਾ ਗਿਆ, ਕਿਤੇ ਬਾਣੀ ਨੇ ਮੇਰੇ ਨਾਲ ਧੋਖਾ ਨਾ ਕਰ ਲਿਆ, ਠੱਗੀ ਨਾ ਮਾਰ ਲਈ ਹੋਈ। ਤੁਰਿਆ ਆਉਂਦਾ ਨਾਲੇ ਸੋਚਦਾ ਪਹੁੰਚ ਗਿਆ ਜਿੱਥੇ ਦੀਨ ਦੁਨੀਆਂ ਦੇ ਮਾਲਕ ਜੀ ਬੈਠੇ ਸਨ, ਉੱਥੇ ਪਹੁੰਚ ਗਿਆ। ਬਾਬੇ ਨਾਨਕ ਦੇ ਅੱਗੇ ਦੋਨੇ ਕਾਗਜ਼ ਦੀਆਂ ਬੰਦ ਕੁੜੀਆਂ ਰੱਖ ਕੇ ਆਪ ਮਰਦਾਨਾ ਡਰਦਾ ਹੋਇਆ ਬਾਬੇ ਨਾਨਕ ਦੇ ਪਿਛਲੇ ਪਾਸੇ ਜਾ ਕੇ ਖੜ ਗਿਆ। ਦਾਦਾ ਬਾਬੇ ਨਾਨਕ ਨੇ ਇੱਕ ਪੁੜੀ ਚੁੱਕੀ, ਚੁੱਕੀ ਜਦੋਂ ਪੁੜੀ ਤੇ ਮਰਦਾਨਾ ਮੋਢੇ ਦੇ ਉੱਪਰ ਦੀ ਅੱਗੇ ਨੂੰ ਝੁੱਕ ਕੇ ਵੇਖਦਾ ਕਿ ਪੁੜੀ ਚੋਂ ਨਿਕਲ ਲੱਗੀ। ਬਾਬੇ ਨੇ ਇੱਕ ਪੁੜੀ ਚੁੱਕੀ, ਪੁੜੀ ਨੂੰ ਖੋਲ੍ਹਿਆ, ਜਦੋਂ ਪੁੜੀ ਨੂੰ ਖੋਲ੍ਹਿਆ ਪੁੜੀ ਦੇ ਵਿੱਚੋਂ ਨਿਕਲਿਆ ਕੁਝ ਨਹੀਂ ਤੇ ਮਰਦਾਨੇ ਦੇ ਕਾਲਜੇ ਦਾ ਰੁੱਗ ਪਿਆ। ਸੋਚਦਾ ਬਾਣੀ ਨੇ ਮੇਰੇ ਨਾਲ ਠੱਗੀ ਮਾਰ ਦਿੱਤੀ। ਬਾਬੇ ਨੇ ਇੱਕ ਪੁੜੀ ਪਾਸੇ ਰੱਖੀ, ਦੂਜੀ ਚੁੱਕੀ, ਮਰਦਾਨਾ ਅਜੇ ਵੀ ਦੇਖਦਾ। ਜਦੋਂ ਦੂਜੀ ਖੋਲ੍ਹੀ, ਦੂਜੀ ਵੀ ਖਾਲੀ ਨਿਕਲੀ। ਮਰਦਾਨੇ ਦੇ ਚਿਹਰੇ ਦਾ ਰੰਗ ਸੀ ਜਿਹੜਾ ਤੋਂ ਪੀੜਾ ਪੈ। ਬਾਬੇ ਨੇ ਆਵਾਜ਼ ਦਿੱਤੀ, ਕਹਿੰਦੇ ਮਰਦਾਨਿਆ ਹਾਂ ਮਹਾਰਾਜ। ਮਰਦਾਨਾ ਅੱਗੇ ਆ ਗਿਆ। ਬਾਬਾ ਨਾਨਕ ਜੀ ਕਹਿੰਦੇ ਮਰਦਾਨਿਆ ਸੌਦਾ ਤੇਰਾ ਬਹੁਤ ਖਰਾ ਹੈ, ਉਚਾਰਨ ਕਰੋ ਸ਼੍ਰੀ ਵਾਹਿਗੁਰੂ। ਕਹਿੰਦੇ ਸੌਦਾ ਤੇਰਾ ਬਹੁਤ ਖਰਾ, ਤੇਰੇ ਸੌਦੇ 'ਚ ਮਿਲਾਵਟ ਕੋਈ ਨਹੀਂ। ਸੌਦਾ ਤੇਰਾ ਬਹੁਤ ਖਰਾ ਹੈ, ਪਰ ਜਿਸ ਬਾਣੀ ਕੋਲੋਂ ਤੋਂ ਸੌਦਾ ਲੈ ਕੇ ਆਇਆ ਉਹਨੂੰ ਸਾਡੇ ਕੋਲ ਬਣਾ ਕੇ ਲੈ ਕੇ ਆਇਆ, ਸਾਡੇ ਕੋਲ ਬਣਾ ਕੇ ਮਹਾਰਾਜ ਸਤਿਗੁਰ। ਮਰਦਾਨਾ ਉਹਨੇ ਪੈਰੀ ਵਾਪਸ ਮੁੜ ਕਰਿਆ। ਰਸਤੇ ਵਿੱਚ ਸੋਚਦਾ ਮਨਾ ਕੁੜੀਆਂ 'ਚੋਂ ਨਿਕਲਿਆ ਕੁਛ ਵੀ ਨਹੀਂ ਹੈ, ਅਤੇ ਬਾਬਾ ਕਹਿੰਦਾ ਇਹ ਤੇਰਾ ਸੌਦਾ ਬੜਾ ਖਰਾ ਹੈ, ਨਿਕਲਿਆ ਕੁਛ ਵੀ ਨਹੀਂ। ਇੰਜ ਮਰਦਾਨਾ ਗੱਡੀਆਂ ਗਿਣਦਾ ਗਿਣਦਾ ਜਦੋਂ ਉਸ ਦੁਕਾਨ ਤੋਂ ਥੋੜ੍ਹੀ ਦੂਰ ਪਿੱਛੇ ਹੈ, ਬਾਣੀਏ ਨੇ ਵੀ ਦੇਖ ਲਿਆ ਕਿ ਉਹੀ ਉਹ ਪ੍ਰਾਣੀ ਵਾਪਸ ਮੁੜਿਆ ਆ ਰਿਹਾ, ਜਿਹੜਾ ਹੋਈ ਗਿਆ ਸੀ ਵਾਪਸ ਮੁੜਿਆ ਆ ਰਿਹਾ। ਬਾਣੀਏ ਨੇ ਸੋਚਿਆ ਇਹਦਾ ਗੁਰੂ ਇਹਨੂੰ ਝਿੜਕਾ ਦੇਂਦਾ ਹੋਵੇਗਾ। ਮਰਦਾਨੇ ਦੇ ਪਹੁੰਚਣ ਤੋਂ ਪਹਿਲਾਂ ਬਾਣੀਏ ਨੇ ਗਲਾ ਖੋਲ੍ਹ ਕੇ ਦੋਨੇ ਸੋਨੇ ਦੀਆਂ ਮੋਹਰਾਂ ਬਾਹਰ ਕੱਢ ਲਈਆਂ ਕਿ ਜਦੋਂ ਮੈਨੂੰ ਆ ਕੇ ਮੰਦਾ ਚੰਗਾ ਬਚਨ ਬੋਲੇਗਾ ਤੇ ਮੈਂ ਇਹ ਮੋਹਰਾਂ ਸੋਨੇ ਦੀਆਂ ਵਾਪਸ ਮੋੜ ਦੇਵਾਂਗਾ। ਮਰਦਾਨਾ ਪਹੁੰਚਿਆ, ਮੋਹਰਾਂ ਬਾਣੀਆਂ ਫੜ ਕੇ ਹੱਥ ਵਿੱਚ ਬੈਠਾ। ਮਰਦਾਨੇ ਨੇ ਆਖਿਆ, ਕਹਿੰਦਾ ਸੇਠ ਮੇਰਾ ਗੁਰੂ ਕਹਿੰਦਾ ਸੌਦਾ ਤੇਰਾ ਬੜਾ ਖਰਾ ਹੈ, ਪਰ ਮੇਰੇ ਗੁਰੂ ਨੇ ਤੈਨੂੰ ਆਪਣੇ ਕੋਲ ਬੁਲਾਇਆ। ਬਾਣੀਏ ਨੇ ਸੋਚਿਆ ਇਹਦਾ ਗੁਰੂ ਮੈਨੂੰ ਝਿੜਕਾ ਦੇਵੇ, ਦੰਡ ਦੇ। ਮਰਦਾਨੇ ਨੂੰ ਦਾ ਬਚਨ ਸੁਣ ਕਰਕੇ ਬਾਣੀਏ ਨੇ ਦੋਨੇ ਟਕੇ ਸੋਨੇ ਦੇ ਜੇਬ 'ਚ ਪਾਏ, ਆਪਣੀ ਦੁਕਾਨ ਨੂੰ ਬੰਦ ਕੀਤਾ। ਜੰਦਰਾ ਮਾਰ ਕੇ ਅੱਗੇ ਅੱਗੇ ਮਰਦਾਨਾ, ਪਿੱਛੇ ਪਿੱਛੇ ਬਾਣੀਆਂ ਜੁੜੇ ਜਾਂਦੇ, ਪਹੁੰਚ ਗਏ ਜਿੱਥੇ ਦੇਵ ਦੁਨੀਆਂ ਦੇ ਮਾਲਕ ਵੀ ਬੈਠੇ ਸਨ ਬਰਕਤ ਦੇ। ਜਦੋਂ ਬਾਣੀਏ ਨੇ ਬਾਬੇ ਨਾਨਕ ਦੇ ਮੁਖੜੇ 'ਤੇ ਪਹਿਲੀ ਨਜ਼ਰੀ ਮਾਰੀ ਤੇ ਤੱਕ ਨਾ ਸਕਿਆ, ਨੀਵੀਂ ਪਾ ਲਈ, ਜਿਵੇਂ ਕੋਈ ਬੰਦਾ ਸੂਰਜ ਵੱਲ ਨਹੀਂ ਤੱਕ ਸਕਦਾ, ਨੀਵੀਂ ਪਾ ਲਈ। ਬਾਬੇ ਨਾਨਕ ਦਾ ਕੇਵ ਇਹਨਾਂ
ਪਰ ਪਹਿਲੀ ਤੱਕਣੀ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾਂ ਨਿਹਾਲ ਹੋ ਗਈ। ਬਾਬੇ ਨਾਨਕ ਦੇ ਅੱਗੇ ਦੋਨੇ ਸੋਨੇ ਦੇ ਤਗੇ ਰੱਖ ਕੇ ਆਪ ਪਿੱਛੇ ਬੈਠ ਗਈਆਂ। ਬਾਬੇ ਨਾਨਕ ਦੇ ਨੇਤਰ ਬੰਦ ਨੇ, ਜਦੋਂ ਪਿੱਛੇ ਬੈਠ ਗਈਆਂ ਹੱਥ ਜੋੜ ਕੇ ਤੇਜ ਬੜਾ ਦੇਖਦਾ ਨਹੀਂ, ਨੀਵੀਂ ਪਾਈ ਹੋਈ। ਬਾਬੇ ਨਾਨਕ ਨੇ ਇੱਕ ਘੜੀ ਦੇ ਬਾਅਦ ਨੇਤਰਾਂ ਨੂੰ ਖੋਲਿਆ, ਖੋਲ ਕਰਕੇ ਮਾਇਆ ਦੇਖੀ, ਬਾਣੀਏ ਵੱਲ ਵੇਖ ਕਰਕੇ ਬਾਬਾ ਨਾਨਕ ਜੀ ਕਹਿੰਦੇ, ਪੁਰਖਾ ਬੇ ਤੂੰ ਸਾਡੇ ਸੇਵਾਦਾਰ ਨੂੰ ਸੌਦਾ ਬੜਾ ਖਰਾ ਦਿੱਤਾ ਤੇ ਬਾਬਾ ਨਾਨਕ ਜੀ ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰੇ, ਘੱਟ ਘੱਟ ਕੀ ਜਾਣਾ ਨਾਲ ਸਤਿਗੁਰ ਬਿਨ ਬੋਲੇ ਸਭ ਕੁਛ ਜਾਣਨਾ। ਜਾਣਦਿਆਂ ਹੋਇਆਂ ਵੀ ਭਾਈ ਬਾਲੇ ਤੇ ਮਰਦਾਨੇ ਨੂੰ ਦਰਸਾਉਣ ਦੀ ਖਾਤਰ ਬਾਬਾ ਨਾਨਕ ਜੀ ਕਹਿੰਦੇ, ਪੁਰਖਾ ਤੇਰਾ ਨਾਮ ਕੀ ਹੈ, ਪੁਰਖਾ ਤੇਰਾ ਨਾਮ ਕੀ ਹੈ। ਗਲ ਚ ਪੱਲੜੂ ਪਾਇਆ ਹੱਥ ਜੋੜੇ ਕਹਿੰਦਾ, ਮਹਾਰਾਜ ਮੇਰਾ ਨਾਮ ਮੂਲਾ ਖੱਤਰੀ ਹੈ, ਲੋਕ ਮੈਨੂੰ ਮੂਲਾ ਆਖਦੇ, ਮੂਲਾ ਖੱਤਰੀ ਹੈ ਮੇਰਾ ਨਾਮ। ਬਾਬਾ ਨਾਨਕ ਜੀ ਕਹਿੰਦੇ, ਕੋਈ ਮੂਲਿਆ ਤੂੰ ਸਾਡੇ ਸੇਵਾਦਾਰ ਨੂੰ ਸੌਦਾ ਬਹੁਤ ਖਰਾ ਦਿੱਤਾ, ਸੌਦੇ ਤੇ ਮਿਲਾਵਟ ਨਹੀਂ, ਆਹ ਜਿਹੜੀ ਮਾਇਆ ਇਹ ਤੂੰ ਰੱਖ ਲੈ, ਹੁਣ ਬੜਾ ਖੁਸ਼ ਹੋਇਆ। ਕਿਉਂ ਖੁਸ਼ ਹੋਇਆ? ਜਿਵੇਂ ਸੰਸਾਰੀ ਤੌਰ 'ਤੇ ਕਿਸੇ ਦੁਕਾਨਦਾਰ ਦਾ ਕੰਮ ਕਾਰ ਚੱਲੇ ਨਾ ਅਤੇ ਤੁਰਿਆ ਜਾਂਦਾ ਬਾਦਸ਼ਾਹ ਕੋਈ 2-3 ਲੱਖ ਰੁਪਈਆ ਉਹਦੇ ਹੀ ਫੜਾ ਜਾਵੇ, ਉਹਦੀ ਖੁਸ਼ੀ ਦੀ ਹਾਦੀ ਕੋਈ ਨਹੀਂ। ਮੂਲੇ ਖੱਤਰੀ ਦੀ ਛੋਟੀ ਜਿਹੀ ਦੁਕਾਨ ਗਾਹਕ ਬਹੁਤ ਘੱਟ ਆਉਂਦਾ, ਪਰ ਬਾਬੇ ਨਾਨਕ ਨੇ ਜਦੋਂ ਅੱਜ ਲੱਖਾਂ ਰੁਪਈਆ ਕਹਿ ਦਿੱਤਾ, ਸੌਦਾ ਬੜਾ ਖਰਾ ਦਿੱਤਾ, ਤੂੰ ਰੱਖ ਲੈ, ਬੜਾ ਖੁਸ਼ ਹੋਇਆ। ਅਤੇ ਨਾਲ ਬਾਬੇ ਨੇ ਦੂਜਾ ਬਚਨ ਕੀਤਾ, ਬਾਬਾ ਨਾਨਕ ਜੀ ਕਹਿੰਦੇ, ਮੁੜਿਆ ਇਸ ਸੌਦੇ ਦਾ ਤੈਨੂੰ ਇਲਮ ਹੈ ਕਿ ਉਹਦੇ ਲਿਖ ਦਿੱਤਾ, ਇਲਮ ਵੀ ਹੈ ਗਿਆਨ ਵੀ ਹੈ, ਹੁਣ ਝੂਠ ਨਾ ਬੋਲ ਸਕੇ। ਗਲ ਜੇ ਪਲੜੂ ਪਾਇਆ ਦਾਤਾ ਜੀ, ਮੈਨੂੰ ਇਸ ਸੌਦੇ ਦਾ ਗਿਆਨ ਕੋਈ ਨਹੀਂ, ਮੈਂ ਆਪਣੀ ਚਤਰ ਬੁੱਧੀ ਦੇ ਨਾਲ ਉਹਦੇ ਲਿਖ ਦਿੱਤਾ, ਬਸ ਗਿਆਨ ਕਰਕੇ ਲਿਖ ਦਿੱਤਾ, ਪਰ ਮੈਨੂੰ ਉਹਦਾ ਪਤਾ ਕੁਛ ਨਹੀਂ। ਕਿਰਪਾ ਕਰੋ ਗਿਆਨ ਕਰਵਾ ਦਿਓ, ਗਿਆਨ ਕਰਵਾ ਦਿਓ। ਬਾਬਾ ਨਾਨਕ ਜੀ ਕਹਿੰਦੇ, ਮੁੜਿਆ ਜੇ ਤੂੰ ਗਿਆਨ ਲੈਣਾ ਤੇ ਆਹ ਜਿਹੜੀ ਮਾਇਆ ਤੈਨੂੰ ਦਿੱਤੀ ਇਹ ਤੂੰ ਆਪਣੀ ਘਰ ਵਾਲੀ ਬੱਚਿਆਂ ਨੂੰ ਦੇ ਆ, ਤੈਨੂੰ ਕੁਝ ਸਮਾਂ ਸਾਡੇ ਨਾਲ ਰਹਿਣਾ ਪਵੇਗਾ, ਫਿਰ ਤੈਨੂੰ ਗਿਆਨ ਕਰਵਾਵਾਂਗੇ, ਵਿਚਾਰਨ ਕਰੋ। ਸ਼੍ਰੀ ਵਾਹ। ਮੁੜੇ ਨੇ ਸੋਚਿਆ ਮਨਾ, ਭਈ ਜੇ ਇਹ ਮਾਇਆ ਲੈ ਕੇ ਬਾਬੇ ਨਾਲ ਕੁਝ ਸਮਾਂ ਰਹਿਣਾ ਪਿਆ ਤੇ ਸੌਦਾ ਹੀ ਬੜਾ ਸਸਤਾ, ਬੜਾ ਸਸਤਾ ਸੌਦਾ। ਮੂਲੇ ਨੇ ਬਾਬੇ ਨਾਨਕ ਨੂੰ ਨਮਸਕਾਰ ਕੀਤੀ, ਮਾਇਆ ਚੱਕੀ ਘਰ ਨੂੰ ਦੌੜ ਕੇ, ਘਰ ਆ ਕਰਕੇ ਘਰ ਵਾਲੀ ਨੂੰ ਸਾਰੀ ਵਿਥਿਆ ਸੁਣਾ ਦਿੱਤੀ। ਸਾਰੀ ਉਹ ਵਿਥਿਆ ਸੁਣਾ ਕਰਕੇ ਮੂਲੇ ਨੇ ਘਰ ਵਾਲੀ ਨੂੰ ਮਾਇਆ ਦੇ ਕੇ ਆਖਿਆ, ਮੈਨੂੰ ਉਹਨਾਂ ਫਕੀਰਾਂ ਮਹਾਂਪੁਰਖਾਂ ਨੇ ਆਪਣੇ ਨਾਲੇ ਨੂੰ ਨਾਲ ਲਿਆ ਤੇ ਅੱਜ ਫਿਰ ਮੂਲੇ ਦੇ ਘਰ ਵਾਲੀ ਕਰੇ ਆ ਗਈ। ਮੂਲੇ ਦੀ ਘਰ ਵਾਲੀ ਕੋਠੇ ਦੀ ਛੱਤ ਤੇ ਚੜੀ ਹੋਈ ਹੈ, ਕੋਠੇ ਦੀ ਛੱਤ ਤੇ ਖੜੀ ਨੇ ਕੀ ਤੱਕਿਆ, ਉਹ ਪਿੰਡ ਦੇ ਬਾਹਰ ਕੋਈ ਉਹ ਫਕੀਰ ਤੁਰੇ ਆ ਰਹੇ ਨੇ ਜਿਹੜੇ ਕੁਝ ਸਾਲ ਪਹਿਲਾਂ ਮੇਰੇ ਪਤੀ ਨੂੰ ਨਾਲ ਲੈ ਕੇ ਗਏ ਸੀ, ਤੁਰੇ ਆ ਰਹੇ। ਜਲਦੀ ਜਲਦੀ ਪੌੜੀਆਂ ਥੱਲੇ ਉਤਰੀ, ਉਤਰ ਕੇ ਆ ਕੇ ਆਪਣੇ ਪਤੀ ਮੂਲੇ ਨੂੰ ਆਖਿਆ, ਪਤੀ ਦੇਵ ਮੈਂ ਕੋਠੀ ਦੀ ਛੱਤ ਤੋਂ ਵੇਖ ਕੇ ਆਈ ਹਾਂ, ਕੋਈ ਉਹ ਫਕੀਰ ਤੁਰੇ ਆ ਰਹੇ ਨੇ ਪਿੰਡ ਵੱਲ ਨੂੰ ਜਿਹੜੇ ਕੁਝ ਸਾਲ ਪਹਿਲਾਂ ਤੁਹਾਨੂੰ ਨਾਲ ਲੈ ਕੇ ਗਏ ਸੀ, ਤੁਸੀਂ ਛੇਤੀ ਕਰੋ, ਛੇਤੀ ਕਰਕੇ ਪਿਛਲੀ ਕੋਠੜੀ ਵਿੱਚ ਡੁੱਬ ਜਾਵੋ ਤੇ ਮੈਂ ਆਉਣ ਵਾਲੇ ਫਕੀਰਾਂ ਨੂੰ ਅੱਖ ਦੇਵਾਂਗੀ ਕਿ ਉਹ ਘਰ ਨਹੀਂ ਹੈ, ਮੂੜਾ ਕਰ। ਮੂਲੇ ਨੇ ਆਖਿਆ, ਪਰੀਏ ਮੇਰਾ ਬਾਬਾ ਬਹੁਤ ਅਜਮਤ ਵਾਲਾ ਹੈ, ਬਾਬਾ ਬਹੁਤ ਅਜਮਤ ਵਾਲਾ ਹੈ, ਛੁਪਿਆ ਛੁਪਿਆ ਨਹੀਂ ਜਾਣਾ, ਲੁਕਿਆ ਲੁਕਿਆ ਨਹੀਂ ਜਾਣਾ, ਉਹਨੇ ਲੱਭਦੇ। ਪਰ ਘਰ ਵਾਲੀ ਨੇ ਆਖਿਆ, ਨਹੀਂ ਮੈਂ ਆਪੇ ਮੋੜ ਦੇਵਾਂਗੀ, ਤੂੰ ਪਿੱਛੇ ਲੁਕ ਜਾ। ਮੂਲੇ ਦੀ ਕਿਸਮਤ ਟੁੱਟ ਗਈ, ਘਰ ਵਾਲੀ ਦੇ ਆਖੇ ਲੱਗ ਕੇ ਆਪ ਪਿਛਲੇ ਕਮਰੇ ਵਿੱਚ ਜਾ ਕੇ ਵੜ ਗਿਆ, ਲੁਕ ਗਿਆ। ਘਰ ਵਾਲੀ ਨੇ ਬਾਹਰ ਦਾ ਦਰਵਾਜ਼ਾ ਬੰਦ ਕੀਤਾ, ਵਿਹੜੇ 'ਚ ਮੰਜੀ ਡਾਹ ਕੇ ਆਉਣ ਵਾਲੇ ਫਕੀਰਾਂ ਦੀ ਇੰਤਜ਼ਾਰ ਕਰ ਰਹੀ ਹੈ। ਥੋੜ੍ਹੀ ਦੇਰ ਬਾਅਦ ਦਰਵਾਜ਼ਾ ਖਟਕੇ,
ਜਿਉਂ ਦਰਵਾਜ਼ਾ ਖੜ ਗਿਆ ਬਾਬੇ ਨਾਨਕ ਨੇ ਜਾ ਕਰਕੇ ਮੂਲੇ ਖੱਤਰੀ ਦਾ ਲੱਕੜ ਦਾ ਦਰਵਾਜ਼ਾ ਜਿਹਦੇ ਨਾਲ ਤਿੰਨ ਕੁੰਡਿਆਂ ਵਾਲਾ ਇੱਕ ਹੱਥ ਲਾਉਣਾ ਕੁੰਡਾ ਲਟਕਦਾ ਸੀ ਪੁਰਾਣੇ ਜ਼ਮਾਨੇ ਲੋਕੀ ਦਾ ਕੁੰਡਾ ਬਾਬੇ ਨਾਨਕ ਨੇ ਕੁੰਡਾ ਪਕੜ ਕੇ ਦਰਵਾਜ਼ੇ ਵਿੱਚ ਮਾਰ ਕੇ ਆਵਾਜ਼ ਦਿੱਤੀ ਕਹਿੰਦੇ ਮੂਲਿਆ ਅਸੀਂ ਤੇਰੇ ਦਰਸ਼ਨਾਂ ਨੂੰ ਆਏ ਹਾਂ ਘਰ ਵਾਲੀ ਨੇ ਕੁੰਡਾ ਵੀ ਖੋਲਿਆ ਆਵਾਜ਼ ਦੇ ਦਿੱਤੀ ਕਹਿੰਦੀ ਬਾਬਾ ਮੂਲਾ ਘਰ ਨਹੀਂ ਹੈ ਉਚਾਰਨ ਕਰੋ ਸ਼੍ਰੀ ਵਾਹ ਕਹਿੰਦੀ ਅੱਜ ਦੁਨੀਆਂ ਦਾ ਮਾਲਕ ਆਇਆ ਦਰਵਾਜ਼ਾ ਵੀ ਖੋਲਿਆ ਤੇ ਆਖ ਦਿੱਤਾ ਕਿ ਮੂਲਾ ਘਰ ਨਹੀਂ ਘਰ ਵਾਲੀ ਦੌੜੀ ਆਈ ਪਰ ਪਹੁੰਚਣ ਤੋਂ ਪਹਿਲੋਂ ਪਹਿਲੋਂ ਮੂਲਾ ਮਰ ਗਿਆ ਜਦੋਂ ਮੂਲਾ ਮਰ ਗਿਆ ਦੁਨੀਆਂ ਦਾ ਮਾਲਕ ਵੀ ਚਲਾ ਗਿਆ ਹੁਣ ਜਾ ਕੇ ਦਰਵਾਜ਼ਾ ਖੋਲਿਆ ਘਰ ਵਾਲੀ ਨੇ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲ ਕੇ ਆਪਣੇ ਵਾਲਾਂ ਨੂੰ ਖਲਾਰਿਆ ਕੇਸ ਖੋਲੇ ਕੇਸ ਖੋਲ ਕੇ ਵਾਲ ਖੋਲ ਕੇ ਉੱਚੀ ਉੱਚੀ ਚੀਕਾਂ ਮਾਰਦਾ ਪੀ ਲੋਕੋ ਮੈਂ ਲੁਕੀ ਗਈ ਮੈਂ ਰੁੜ ਗਈ ਮੈਂ ਮਾਰੀ ਗਈ ਲੋਕ ਕੱਟੇ ਹੋਏ ਆਂਢੀ ਗੁਆਂਢੀ ਆਏ ਪੁੱਛਣਾ ਮਿਥਿਆ ਸੁਣਾਈ ਸਾਰੀ ਸੁਣਾ ਦੇ ਲੋਕਾਂ ਨੇ ਆਖਿਆ ਮੂਲੇ ਦੀ ਘਰ ਵਾਲੀ ਨੂੰ ਕਿ ਉਹ ਫਕੀਰ ਅਜੇ ਵੀ ਨਗਰ ਦੇ ਬਾਹਰ ਬੈਠੇ ਨੇ ਬੜੇ ਅਜਮਤ ਵਾਲੇ ਨੇ ਇਹਨੂੰ ਚੁੱਕੀਏ ਮੰਜੀ ਤੇ ਪਾ ਕੇ ਉਹਨਾਂ ਕੋਲ ਲੈ ਕੇ ਚਲੀਏ ਤੇ ਆਖੀਏ ਬਾਬਾ ਇਹਨੂੰ ਜੀਂਦਿਆਂ ਕਰ ਜੀਂਦਿਆਂ ਕਰ ਲੋਕਾਂ ਨੇ ਨਗਰ ਵਾਸੀਆਂ ਨੇ ਰਿਸ਼ਤੇਦਾਰਾਂ ਨੇ ਆਂਢੀਆਂ ਗੁਆਂਢੀਆਂ ਨੇ ਮੂਲੇ ਖੱਤਰੀ ਨੂੰ ਮੰਜੀ ਦੇ ਉੱਤੇ ਲਟਾਇਆ ਚੁੱਕਿਆ ਪਿੱਛੇ ਨਗਰ ਦੇ ਲੋਕ ਨੇ ਮੂਲੇ ਨੂੰ ਚੱਕਿਆ ਚੱਕ ਕਰਕੇ ਮੰਜੀ ਜਿੱਥੇ ਦੀਨ ਦੁਨੀਆਂ ਦੇ ਮਾਲਕ ਵੀ ਬੈਠੇ ਸਨ ਉਹ ਤੋਂ ਥੋੜ੍ਹੀ ਦੂਰ ਮੰਜੀ ਰੱਖ ਕੇ ਮਰੇ ਮੂਲੇ ਨੂੰ ਧਰਤੀ ਤੋਂ ਥੱਲੇ ਲਾਹ ਕਰਕੇ ਧਰਤੀ 'ਤੇ ਰੱਖ ਕਰਕੇ ਘਰ ਵਾਲੀ ਨੇ ਤਰਲਾ ਕੀਤਾ ਕਹਿੰਦੀ ਬਾਬਾ ਇਹਨੂੰ ਜਿੰਦਾ ਕਰ ਜਿੰਦਾ ਕਰ ਬਾਬੇ ਨਾਨਕ ਦੇ ਨੇਤਰਾਂ ਚੋਂ ਤ੍ਰਿਪ ਤ੍ਰਿਪ ਨੀਰ ਵਹਿ ਤੁਰਿਆ ਜਲ ਵਹਿ ਤੁਰਿਆ ਸਤਿਗੁਰ ਕਹਿੰਦੇ ਭਲੀਏ ਸਾਡੇ ਕੋਲ ਅੱਜ ਸਮਾਂ ਨਹੀਂ ਸੀ ਆਉਣ ਦਾ ਅਸੀਂ ਆਏ ਇਹਦੀ ਖਾਤਰ ਸਾਂ ਇਹਨੂੰ ਦੱਸਣਾ ਸੀ ਮੂਲਿਆ ਤੇਰੇ ਜੀਵਨ ਦਾ ਅੱਜ ਆਖਰੀ ਸੂਰਜ ਚੜ੍ਹਿਆ ਤੈਂ ਅੱਜ ਮਰ ਜਾਣਾ ਅਸੀਂ ਦੱਸਣਾ ਸੀ ਇਹ ਸਾਨੂੰ ਕਹਿੰਦਾ ਬਾਬਾ ਸਾਨੂੰ ਮੌਤ ਤੋਂ ਡਰ ਲੱਗਦਾ ਭਲੀਏ ਅਸੀਂ ਅੱਜ ਮੂਲੇ ਨੂੰ ਚਾਰ ਯੁਗਾਂ ਦੀ ਉਮਰ ਦੇ ਜਾਣੀ ਸੀ ਉਚਾਰਨ ਕਰੋ ਸ਼੍ਰੀ ਜੇ ਮੂਲਾ ਕਹਿੰਦਾ ਨਹੀਂ ਡਰ ਲੱਗਦਾ ਕਹਿੰਦੇ ਇਹਨੂੰ ਸੱਚਖੰਡ ਦਾ ਬਾਦਸ਼ਾਹ ਬਣਾ ਦੇਣਾ ਸੀ ਸੱਚਖੰਡ ਭੇਜ ਦੇਣਾ ਸੀ ਬਾਬਾ ਨਾਨਕ ਜੀ ਕਹਿੰਦੇ ਬਾਬੇ ਨਾਨਕ ਨੇ ਬੈਰਾਗ ਵਿੱਚ ਆ ਕੇ ਮੂਲਾ ਖੱਤਰੀ ਮਰਿਆ ਵੀ ਹੈ ਬਾਬਾ ਨਾਨਕ ਬੈਰਾਗ ਵਿੱਚ ਆ ਕੇ ਉਸ ਵੇਲੇ ਇੱਕ ਸ਼ਬਦ ਉਚਾਰਨ ਕੀਤਾ ਜਿਹੜਾ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੱਜ ਵੀ ਦਰਜ ਹੈ ਮੂਲੇ ਖੱਤਰੀ ਦੀ ਯਾਦ ਵਿੱਚ ਬਾਬੇ ਨਾਨਕ ਨੇ ਸ਼ਬਦ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਰਾਗ ਚੱਲਦਾ ਜਿਸ ਰਾਗ ਦਾ ਨਾਮ ਹੈ ਵਾਰਾਂ ਤੇ ਵਧੀਕ ਵਾਰਾਂ ਤੇ ਵਧੀਕ ਦੀਆਂ 33 ਪੌੜੀਆਂ ਨੇ ਜਿਹੜੀ 13ਵੀਂ ਪੌੜੀ ਹੈ ਉਹ ਮੂਲੇ ਖੱਤਰੀ ਦੀ ਯਾਦ ਵਿੱਚ ਹੈ ਮੂਲੇ ਖੱਤਰੀ ਦੀ ਯਾਦ ਵਿੱਚ ਹੈ 13ਵੀਂ ਪੌੜੀ ਬਾਬਾ ਨਾਨਕ ਜੀ ਕੀ ਕਹਿੰਦੇ 13ਵੀਂ ਪੌੜੀ 'ਚ ਬਾਬਾ ਨਾਨਕ ਜੀ ਕਹਿੰਦੇ ਨਾਲ ਕਿਰਾਣਾ ਦੋਸਤੀ ਮੂਲਾ ਖੱਤਰੀ ਕਿਰਾਣ ਕਹਿੰਦੇ ਨਾਲ ਕਿਰਾਣਾ ਦੋਸਤੀ ਕੂੜਾ ਕੂੜੀ ਪਾਹੇ ਮਰਨ ਨਾ ਜਾਪੈ ਮੂਲਿਆ ਆਵੇ ਕਿੱਥੇ ਥਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾਰਾਂ ਤੇ ਵਧੀਕ ਦੇ ਅੰਦਰ ਇਹ ਸ਼ਬਦ ਬਾਬੇ ਨਾਨਕ ਦਾ ਦਰਜ ਕੀਤਾ ਹੋਇਆ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤਾ ਕਹਿੰਦੇ ਨਾਲ ਕਿਰਾਣਾ ਦੋਸਤੀ ਕੂੜਾ ਕੂੜੀ ਪਾਹੇ ਮਰਨ ਦਾ ਜਾਪੈ ਮੂਲਿਆ ਆਵੇ ਕਿੱਥੇ ਭਾਈ ਕਹਿੰਦੇ ਸਾਡਾ ਮੂਲੇ ਨਾਲ ਪਿਆਰ ਸੀ ਦੋਸਤੀ ਸੀ ਪਰ ਕਹਿੰਦੇ ਝੂਠੇ ਦੀ ਪ੍ਰੀਤ ਝੂਠੀ ਹੋ ਨਿਕਲੀ ਝੂਠੀ ਨਿਕਲੀ ਮਹਾਰਾਜ ਕਹਿੰਦੇ ਭਲੀਆ ਇਹਦਾ ਕੀ ਗੁਨਾਹ ਹੈ ਇਹਨੇ ਕੀ ਪਾਪ ਕੀਤਾ ਇਹਨੂੰ ਕਿਉਂ ਸਤੀ ਕਰਨਾ ਆਸਾ ਦੀ ਮਾਂ ਰੋਜ਼ ਹਰਿਮੰਦਰ ਸਾਹਿਬ ਤੋਂ ਸਰਵਣ ਕਰਦੇ ਹੋ ਬੀਬੀਆਂ ਪ੍ਰਤੀ ਬਾਬੇ ਨਾਨਕ ਨੇ ਲਿਖਿਆ ਕਿ ਸੋ ਕਿਉਂ ਮੰਦਾ ਆਖੀਐ ਜਿਤ ਜਮੇ ਰਾਜਾ ਰੋਜ਼
ਸਾਧ ਸੰਗਤ 230 ਸਾਲ ਬੀਤ ਗਏ ਮੂਲੇ ਨੂੰ ਇੰਝ ਜੂਨੀਆਂ ਭੁਗਦਿਆਂ 230 ਸਾਲ ਬੀਤ ਗਏ 230 ਸਾਲ ਬੀਤ ਗਏ 230 ਸਾਲ ਬੀਤ ਗਏ ਮੂਲੇ ਨੂੰ ਜੂਨੀਆਂ ਭੁਗਦੇ 230 ਸਾਲਾਂ ਦੇ ਬਾਅਦ ਅੱਜ ਜੀਵ ਦੁਨੀਆਂ ਦੇ ਮਾਲਕ ਕੋਟ ਬ੍ਰਹਿਮੰਡਾਂ ਦੇ ਮਾਲਕ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਾਂਦੇੜ ਦੀ ਧਰਤੀ ਤੇ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਬਹਾਦਰ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਜਾੜ ਬੀਆ ਨਾਮ ਘਣਾ ਜੰਗਲ ਹੈ ਸਤਿਗੁਰੂ ਜੰਗਲ ਦੇ ਵਿੱਚ ਤੁਰੇ ਜਾ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਬਹਾਦਰ ਸ਼ਾਹ ਦੋਵੇਂ ਬਰੋ ਬਰਾਬਰ ਤੁਰੇ ਜਾ ਰਹੇ ਬਰੋ ਬਰਾਬਰ ਤੁਰੇ ਜਾ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਛਲੇ ਪਾਸੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਹੋਰ ਕਮਾਈ ਵਾਲੇ ਸਿੱਖ ਨੇ ਗੁਰੂ ਮਹਾਰਾਜ ਕਹਿੰਦੇ ਨਹਿ ਬਾਰਕ ਨੈ ਜੋਗ ਨੈ ਨਹਿ ਬਿਰਦੀ ਕਿਛ ਬੰਦ ਉਹ ਬੇਰਾ ਨੇ ਦੂਜੀਏ ਜੋ ਆਏ ਪਰੇ ਜਮ ਕਹਿੰਦੇ ਬੱਚੇ ਨੂੰ ਵੀ ਮੌਤ ਆ ਸਕਦੀ ਹੈ ਤੇ ਜਵਾਨ ਨੂੰ ਵੀ ਆ ਸਕਦੀ ਬੁਢਾਪੇ ਵਾਲੇ ਨੂੰ ਵੀ ਆਉਣੀ ਬਾਬਾ ਫਰੀਦ ਜੀ ਨਾ ਬਾਬਾ ਫਰੀਦ ਜੀ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਫਰੀਦਾ ਤੇਰੀ ਦਾੜੀ ਬੜੀ ਚਿੱਟੀ ਹੋ ਗਈ ਕੀ ਹੋਇਆ ਕਹਿੰਦਾ ਕੁਛ ਨਹੀਂ ਹੋਇਆ ਕਦੇ ਨਹੀਂ ਹੋਇਆ ਕਹਿੰਦੇ ਕੀ ਹੋਇਆ ਕਹਿੰਦੇ ਦੇਖ ਫਰੀਦਾ ਜੋਠੀਆ ਦਾੜੀ ਹੋਈ ਧੂਰ ਕਹਿੰਦੇ ਅੱਗੋ ਨੇੜਾ ਆਇਆ ਪਿੱਛਾ ਰਿਹਾ ਦੂਰ ਕਹਿੰਦੇ ਜਿਹਦੀ ਦਾੜੀ ਚਿੱਟੀ ਹੋ ਗਈ ਸਿਰ ਦੇ ਵਾਲ ਚਿੱਟੇ ਹੋ ਗਏ ਅੱਜ ਵੀ ਮੌਤ ਆਈ ਤੇ ਕੱਲ੍ਹ ਵੀ ਮੌਤ ਆਈ ਹੀ ਜਾਣ ਪਾਤਸ਼ਾਹ ਦੀ ਕਿਰਪਾ ਆਓ ਮੈਂ ਵਿਆਖਿਆ ਨਹੀਂ ਕਰਨੀ ਕੇਵਲ ਦਾ ਕੇਵਲ ਮੇਰੇ ਸ਼ਬਦ ਦੀਆਂ ਦੋ ਤਿੰਨ ਪੰਕਤੀਆਂ ਰਹਿੰਦੀਆਂ ਮੈਂ ਗਹਿਣ ਕਰਕੇ ਖਿਮਾ ਦੇ ਜਾਂਚ ਹੋ ਜਾਣਾ ਪਾਤਸ਼ਾਹ ਦੀ ਕਿਰਪਾ ਕਰ ਆਓ ਸਤਿਗੁਰ ਕੀ ਕਹਿੰਦੇ ਨੇ ਸ਼ਬਦ ਹੀ ਪੂਰਾ ਕਰਨਾ ਤੇ ਪੂਰਾ ਕਰਕੇ ਖਿਮਾ ਦੇ ਜਾਂਚ ਹੋ ਜਾਣਾ ਪਾਤਸ਼ਾਹ ਦੀ ਕਿਰਪਾ ਕਰ Thank you.
ਵਿਛੜੀ ਹੋਈ ਆਤਮਾ ਦੀ ਯਾਦ ਵਿੱਚ ਕੀਰਤਨ ਕੀਤਾ ਹੈ। ਇੱਕ ਦਿਨ ਜ਼ਰੂਰ ਆਵੇਗਾ ਜਿਸ ਦਿਨ ਮੇਰੀ ਯਾਦ ਵਿੱਚ ਵੀ ਇਸੇ ਤਰ੍ਹਾਂ ਸੰਗਤਾਂ ਬੈਠ ਕੇ ਕੀਰਤਨ ਕਰਨਗੀਆਂ, ਮੇਰੀ ਯਾਦ ਵਿੱਚ ਚਲੀਆਂ ਜਾਣਗੀਆਂ। ਇਹ ਸਮਾਂ ਹਰ ਪ੍ਰਾਣੀ 'ਤੇ ਆਉਣਾ, ਹਰ ਘਰ ਵਿੱਚ ਆਉਣਾ, ਮਤ ਜਾਣ ਮੇਰੇ 'ਤੇ ਵੀ ਆਉਣਾ, ਸਭ 'ਤੇ ਆਉਣਾ। ਪਰ ਇਸ ਜਨਮ ਦਾ ਇਹੋ ਲਾਹਾ ਹੈ ਜਿੰਨਾ ਵੱਧ ਤੋਂ ਵੱਧ ਨਾਮ ਜਪ ਲਈਏ, ਜਿੰਨਾ ਵੱਧ ਤੋਂ ਵੱਧ ਸਿਮਰਨ ਕਰ ਲਈਏ, ਇਸ ਜਨਮ ਦਾ ਇਹੋ ਲਾਹਾ ਹੈ। ਜੈਸੇ ਤਰ ਮਨ ਮਨ ਬਸੇ
Thank you.
ਜੋ ਬਾਣੀ ਪੜ੍ਹੀ ਜਾਂਦੀ ਹੈ ਉਹਦੇ ਪਰਖਾਏ ਅਰਦਾਸ ਹੁੰਦੀ ਹੈ, ਉਹਦਾ ਰਸਤਾ ਸੌਖਾ ਹੋ ਜਾਂਦਾ ਹੈ ਪਰਮਾਤਮਾ ਕੋਲ ਜਾਣ ਵਾਸਤੇ। ਇਸੇ ਵਾਸਤੇ ਅਸੀਂ ਸਤਿਗੁਰੂ ਦੇ ਬਾਣੀ ਦਾ ਆਸਰਾ ਲੈਂਦੇ ਹਾਂ, ਚਰਨਾਂ ਦਾ ਆਸਰਾ ਲੈਂਦੇ ਹਾਂ, ਕਿਉਂਕਿ ਇੱਕ ਬਾਣੀ ਹੀ ਹੈ ਜਿਹੜੀ ਮਨੁੱਖ ਨੂੰ ਦਿੱਤੀ ਜਾ ਸਕਦੀ ਹੈ। ਜਿਹੜਾ ਇਨਸਾਨ ਸੰਸਾਰ ਤੋਂ ਚਲੇ ਜਾਵੇ ਉਹਨੂੰ ਕੀ ਦੇ ਸਕਦੇ ਹਾਂ ਆਪਾਂ? ਦੁਨੀਆਂ ਦੇ ਪੈਸੇ ਲੈ ਸਕਦੇ ਹਾਂ, ਕੱਪੜਾ ਵੀੜਾ ਦੇ ਸਕਦੇ ਹਾਂ, ਵਸਤਰ ਦੇ ਸਕਦੇ ਹਾਂ ਕਿ ਆਹ ਲੈ ਚੱਪਲ ਲੈ ਜਾ, ਆਹ ਪੈਸੇ ਲੈ ਜਾ ਰਸਤੇ 'ਚ ਖਰਚ ਲਏ। ਨਹੀਂ ਨਹੀਂ, ਇਹ ਚੀਜ਼ਾਂ ਦੁਨੀਆਂ ਵਾਸਤੇ ਹੈ ਸਿਰਫ। ਜਦੋਂ ਸਰੀਰ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਤਾਂ ਉਹਨੂੰ ਅਸੀਂ ਇੱਕ ਚੀਜ਼ ਦੇ ਸਕਦੇ ਹਾਂ, ਉਹ ਹੈ ਪਰਮਾਤਮਾ ਦਾ ਨਾਮ, ਬਾਣੀ। ਇਹ ਉਹਦੇ ਖਜ਼ਾਨੇ ਵਿੱਚ ਆਪਾਂ ਪਾ ਸਕਦੇ ਹਾਂ, ਉਹਦੇ ਕੰਮ ਆਉਂਦੀ ਹੈ। ਚਾਹੇ ਕਿਸੇ ਵੀ ਜੂਨ ਵਿੱਚ ਬੈਠਾ ਹੋਵੇ ਉਹ, ਫਿਰ ਵੀ ਅਸੀਂ ਉਹਦੇ ਵਾਸਤੇ ਜਦੋਂ ਅਰਦਾਸ ਕਰਦੇ ਹਾਂ, ਪਾਠ ਕਰਾਉਂਦੇ ਹਾਂ। ਕਈ ਪਰਿਵਾਰ ਐਸੇ ਹਨ ਕਿ ਜਿਨ੍ਹਾਂ ਦੇ ਬਜ਼ੁਰਗਾਂ ਨੂੰ ਗਿਆਨ ਨੂੰ ਵੀ ਸਾਲ ਹੋ ਜਾਂਦੇ ਹਨ, ਕਈ ਕਈ ਜ਼ਿਆਦਾ ਸਾਲ ਹੋ ਜਾਂਦੇ ਹਨ, ਫਿਰ ਵੀ ਉਹ ਹਰ ਸਾਲ ਯਾਦ ਕਰਦੇ ਹਨ, ਪਾਠ ਕਰਾਉਂਦੇ ਹਨ, ਕੀਰਤਨ ਕਰਾਉਂਦੇ ਹਨ। ਕਿਉਂਕਿ ਜਿਹੜੀ ਵੀ ਆਤਮਾ ਦੇ ਵਾਸਤੇ ਤੁਸੀਂ ਅਰਦਾਸ ਕਦੋਂ ਹੀ ਕਰਾਓ, ਉਹ ਉਹਨੂੰ ਮਿਲਣੀ ਹੀ ਮਿਲਣੀ, ਚਾਹੇ ਕਿਸੇ ਵੀ ਜੀਵ 'ਚ ਬੈਠਾ ਹੋਵੇ, ਉਹ ਮਿਲਦਾ ਹੈ ਉਹਨੂੰ ਖਾਲ ਦਾ। ਇਸ ਵਾਸਤੇ ਇਹ ਇੰਨੀ ਸ਼ਕਤੀਸ਼ਾਲੀ ਬਾਣੀ ਹੈ, ਇਹ ਧੁਰ ਦਰਗਾਹ ਵਿੱਚੋਂ ਆਈ ਬਾਣੀ ਹੈ, ਕਿਉਂਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ, ਸਾਰੀਆਂ ਚਿੰਤਾ ਮਿਟਾ ਦਿੰਦੀ ਹੈ ਇਹ ਬਾਣੀ। ਅਤੇ ਜਿਹੜਾ ਬਾਣੀ ਪੜ੍ਹਦਾ ਹੈ, ਜਪਦਾ ਹੈ, ਸਿਮਰਨ ਕਰਦਾ ਹੈ, ਉਹ ਬਾਣੀ ਦਾ ਰੂਪ ਹੋ ਜਾਂਦਾ ਹੈ, ਅਤੇ ਬਾਣੀ ਉਹਨੂੰ ਆਪਣੇ ਸਤਖੰਡ ਵਿੱਚ ਨਾਲ ਹੀ ਲੈ ਜਾਂਦੀ ਹੈ। ਕੋਈ ਸਤਨਾਮ ਸ੍ਰੀ ਜਮਦੂਤਾਂ ਵਾਲੇ ਪਾਸੇ ਨਹੀਂ ਜਾਣ ਦਿੰਦੀ, ਧਰਮਰਾਜ ਕੋਲ ਨਹੀਂ ਜਾਣ ਦਿੰਦੀ, ਕਿਉਂਕਿ ਜਿਹੜੇ ਬਾਣੀ ਪੜ੍ਹਦੇ ਮਹਾਂਪੁਰਸ਼ ਹੋ ਜਾਂਦੇ ਹਨ। ਧਰਮ ਰਾਏ ਦਰ ਕਾਗਜ਼ ਫਾੜੇ, ਜਨ ਨਾਨਕ ਲੇਖਾ ਸਮਝ। ਜਿਹੜੀਆਂ ਪਵਿੱਤਰ ਆਤਮਾ ਹੁੰਦੀਆਂ ਹਨ, ਉਹ ਧਰਮ ਰਾਜ ਉਹਨਾਂ ਦਾ ਕਾਗਜ਼ ਹੀ ਫਾੜ ਦਿੰਦਾ ਹੈ, ਲੇਖੇ ਵਾਲਾ। ਉਹ ਕਹਿੰਦਾ ਜੀ ਨਹੀਂ, ਇਹਨਾਂ ਦਾ ਤਾਂ ਲੇਖਾ ਹੀ ਕੋਈ ਨਹੀਂ ਹੈ, ਇਹ ਸੱਚਖੰਡ ਨੂੰ ਜਾਣ ਵਾਲੀਆਂ ਆਤਮਾ ਹਨ, ਇਹਨਾਂ ਦਾ ਲੇਖਾ ਕੋਈ ਨਹੀਂ ਹੈ, ਕਾਗਜ਼ ਹੀ ਫਾੜ ਦਿੰਦਾ ਆਪਣੇ ਦਰ ਤੇ। ਧਰਮ ਰਾਏ ਦਰ ਕਾਗਜ਼ ਫਾੜੇ, ਜਨ ਨਾਨਕ ਲੇਖਾ ਸਮਝਾ। ਉਹ ਸਮਝ ਜਾਂਦਾ ਇਹਦਾ ਲੇਖਾ ਨਹੀਂ ਹੈ ਕੋਈ ਲੈਣ ਵਾਲਾ, ਉਹ ਆਪ ਹੱਥ ਜੋੜ ਕੇ ਖਲੋ ਜਾਂਦਾ ਕਿ ਮਹਾਰਾਜ ਸੇਵਾ ਪੁੱਛੋ। ਇਸ ਵਾਸਤੇ ਇਹੋ ਜਿਹਾ ਭਲਾ ਸੰਸਾਰ 'ਚ ਕਰਕੇ ਜਾਓ, ਇਹੋ ਜਿਹੇ ਭਲੇ ਕੰਮ ਕਰਕੇ ਜਾਓ ਕਿ ਰੇਰੇ ਦਰ ਕੇ ਕਹੇ ਨਾ ਕੋ ਆਓ ਹੈ ਆਦਰ ਸੁਭ ਦੇਵੋ। ਕਹਿੰਦੇ ਜਦੋਂ ਦਰਗਾਹ ਦੇ ਵਿੱਚ ਜਾਓ ਸੰਸਾਰ ਤੋਂ, ਤੇ ਇਤਨਾ ਸਤਿਕਾਰ ਮਿਲੇ, ਇਤਨਾ ਮਾਨ ਮਿਲੇ, ਇਹੋ ਜਿਹੇ ਕੰਮ ਕਰਕੇ ਇਨਸਾਨ ਸੰਸਾਰ ਤੋਂ ਜਾਵੇ, ਕਾਹਤੋਂ ਸੰਸਾਰ ਦੇ ਵਿੱਚ ਫੋਥੀਆਂ ਖੇਡਾਂ ਖੇਡ ਕੇ ਜਾਣੀਆਂ ਹਨ। ਜਾਂ ਤਾਂ ਬੰਦਾ ਸੰਸਾਰ 'ਚ ਮਾੜੀਆਂ ਖੇਡਾਂ ਖੇਡਦਾ ਰਹੇ ਕਿ ਇੱਥੇ ਹੀ ਰਹਿਣ, ਕਿਸੇ ਦਾ ਡਰ ਨਹੀਂ, ਕਿਹੜਾ ਲੈ ਲੈਣਾ ਪਕੜ ਕੇ। ਨਹੀਂ ਜਾਣਾ ਸੰਸਾਰ ਤੋਂ, ਸਭ ਨੇ ਜਾਣਾ ਹੈ ਆਪਣੀ ਆਪਣੀ ਵਾਰੀ ਅਨੁਸਾਰ। ਸੋ ਆਓ ਆਪਾਂ ਸਾਰੇ ਮਿਲ ਕਰਕੇ ਅਰਦਾਸ ਕਰੀਏ ਵਿਛੜੀ ਆਤਮਾ ਦੇ ਭਲੇ ਦੇ ਵਾਸਤੇ, ਕਿ ਸਤਿਗੁਰੂ ਪਿੱਛੇ ਪਰਿਵਾਰ ਨੂੰ ਕਰਨ, ਪਰਾਉਣ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼, ਕਰਨ ਬੱਚਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਸਤਿਗੁਰੂ ਜੀ। ਸੋ ਕਦੀ ਵੀ ਸੰਸਾਰ 'ਚ ਦੁੱਖ ਆਉਂਦਾ, ਸੁੱਖ ਆਉਂਦਾ ਹੈ, ਇਨਸਾਨ ਇੱਧਰ ਉੱਧਰ ਨਾ ਭੱਜਿਆ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਉਲਟ ਆਸਰਾ ਲਿਆ ਕਰੋ। ਕਦੀ ਵੀ ਇੱਦਾਂ ਧਾਗੇ ਤਵੀਤਾਂ ਵੱਲ ਨਹੀਂ ਜਾਣਾ, ਇੱਧਰ ਉੱਧਰ ਨਹੀਂ ਭੱਜਣਾ ਕਦੀ ਵੀ, ਕਿਉਂਕਿ ਸਤਿਗੁਰੂ ਪ੍ਰਤੱਖ ਹਾਜ਼ਰ ਨਾਜ਼ਰ ਹਨ, ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਇਹ ਸਤਿਗੁਰੂ ਪ੍ਰਤੱਖ ਹਾਜ਼ਰ ਨਾਜ਼ਰ ਹਨ, ਸਾਨੂੰ ਸਿਰਫ ਅੱਖਾਂ ਨਹੀਂ ਹੈ ਸਾਡੇ ਕੋਲ ਦੇਖਣ ਵਾਸਤੇ। ਹੁਣ ਇੱਕ ਉਦਾਹਰਣ ਲੈ ਲਈਏ, ਜਿਸ ਤਰ੍ਹਾਂ ਕਿਤੇ ਬਾਟੇ ਦੇ ਵਿੱਚ ਜਾਂ ਪਤੀਲੇ ਵਿੱਚ ਦੁੱਧ ਪਿਆ ਹੋਵੇ ਤੇ ਸਾਡੇ ਮਾਤਾ ਪਿਤਾ ਸਬੈਕੀ ਕਹਿ ਦਿੰਦੇ ਹਨ ਕਿ ਪੁੱਤਰ ਇਹਦੇ ਵਿੱਚੋਂ ਸਭ ਕੁਛ ਨਿਕਲਦਾ ਹੈ, ਘਿਓ ਵੀ ਇਹਦੇ ਵਿੱਚ ਹੀ ਹੈ, ਪਨੀਰ ਵੀ ਹੈ, ਮੱਖਣ ਵੀ ਇਹਦੇ ਵਿੱਚ ਹੈ, ਦਹੀਂ ਵੀ ਬਣ ਜਾਂਦਾ। ਤੇ ਸਾਡੇ ਵਰਗੇ ਕਈ ਅਣਭੋਲ ਬੱਚੇ ਜਿਹੜੇ ਹੁੰਦੇ ਹਨ ਉਹ ਕਹਿ ਦਿੰਦੇ ਨੇ ਨਹੀਂ ਪਾਪਾ ਜੀ ਇਹਦੇ ਵਿੱਚ ਕਿੱਥੇ ਦਿਖਦਾ ਤੇ ਹੈ ਨਹੀਂ ਕੁਛ। ਪਰ ਜਿਹਨੂੰ ਪਤਾ ਹੈ ਕਿ ਸਭ ਕੁਛ ਹੈ, ਉਹਨੂੰ ਪਤਾ ਹੈ ਗੁਰਬਾਣੀ ਦੇ ਵਿੱਚ ਸਭ ਕੁਛ ਹੈ,
ਸਿਰਫ ਸਾਨੂੰ ਦੇਖਦਾ ਨਹੀਂ ਹੈ ਕਿਉਂਕਿ ਸਾਡੇ ਕੋਲੋਂ ਉਹ ਅੱਖਾਂ ਨਹੀਂ ਹਨ ਜਿਹਦੇ ਨਾਲ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜੋਤ ਦੇ ਪ੍ਰਤੱਖ ਦਰਸ਼ਨ ਕਰ ਸਕੀਏ। ਸੋ ਸਤਿਗੁਰ ਕਿਰਪਾ ਕਰਦੇ ਹਨ, ਸਿਮਰਨ ਕਰਦੇ ਕਰਦੇ ਬਾਣੀ ਪੜ੍ਹਦੇ ਪੜ੍ਹਦੇ ਇੱਕ ਦਿਨ ਆ ਜਾਂਦਾ ਹੈ ਕਿ ਜੋਤ ਦੇ ਦਰਸ਼ਨ ਹੋ ਜਾਂਦੇ ਹਨ। ਫਿਰ ਕੀ ਹੁੰਦਾ ਹੈ, ਜਿਉਂ ਜਲ ਮਿਲ ਜਲ ਆਏ ਖਟਾਨਾ, ਕਿਉਂ ਜੋਤੀ ਸੰਗ ਜੋਤ ਸਮਾਨਾ। ਜਿੱਦਾਂ ਪਾਣੀ 'ਚ ਪਾਣੀ ਮਿਲ ਜਾਂਦਾ, ਨਦੀਆਂ ਨਾਲਿਆਂ ਸਮੁੰਦਰਾਂ ਦਾ ਜਿਹੜਾ ਜਲ ਹੈ ਦਰਿਆਵਾਂ ਦਾ ਸਮੁੰਦਰ 'ਚ ਮਿਲ ਜਾਂਦਾ ਹੈ ਨਾ, ਇੱਦਾਂ ਹੀ ਮਨੁੱਖ ਦੀ ਜੋਤ ਇੱਕ ਦਿਨ ਪਰਮਾਤਮਾ ਦੀ ਜੋਤ ਵਿੱਚ ਮਿਲ ਜਾਂਦੀ ਹੈ ਤਾਂ ਜਨਮ ਮਰਨ ਸੰਸਾਰ ਤੋਂ ਕੱਟਿਆ ਜਾਂਦਾ ਹੈ। ਸੋ ਬਾਣੀ ਪੜ੍ਹਿਆ ਕਰੋ, ਜਿਤਨਾ ਹੋ ਸਕੇ ਥੋੜ੍ਹਾ ਹੋਵੇ ਨਿਤਨੇਮ ਥੋੜ੍ਹਾ ਕਰ ਲਿਆ ਕਰੋ, ਸਿਮਰਨ ਕਰ ਲਿਆ ਕਰੋ ਵਾਹਿਗੁਰੂ ਦਾ। ਪਰ ਜ਼ਰੂਰ, ਕਿਉਂਕਿ ਪ੍ਰਲੋਕ ਦੀ ਯਾਤਰਾ ਵਿੱਚ ਇਹ ਸਹਾਈ ਹੁੰਦਾ ਹੈ ਇਨਸਾਨ ਦੇ ਵਾਸਤੇ। ਭਾਵੇਂ ਆਪਾਂ ਸ਼ਬਦ ਪੜ੍ਹ ਕਰਕੇ ਫਿਰ ਨਾਲ ਹੀ ਆਪਾਂ ਸਮਾਪਤੀ ਕਰਨੀ ਹੈ। ਸਾਰਿਆਂ ਨੇ ਅਸੀਂ ਕੋਸ਼ਿਸ਼ ਕਰਨੀ ਪਿਛੜੀ ਹੋਈ ਆਤਮਾ ਦੇ ਭਲੇ ਵਾਸਤੇ। ਗੁਰੂ ਸੱਜਣ ਸਿੱਖੜੀਆਂ ਜੋ ਹੋਵੇ ਸਾਰੇ ਸਿਓ ਮੇਰ ਸਤਿਗੁਰੂ ਦੀ ਕਿਰਪਾ ਕਰਨ, ਉਸ ਵਿਛੜੀ ਹੋਈ ਆਤਮਾ ਦਾ ਮੇਲ ਪਰਮਾਤਮਾ ਦੇ ਚਰਨਾਂ ਨਾਲ ਹੋ ਜਾਵੇ। ਸਤਿਗੁਰੂ ਸਦੀਵ ਕਾਲ ਆਤਮਾ ਨੂੰ ਚਰਨਾਂ 'ਚ ਨਿਵਾਸ ਕੋਸ਼ਿਸ਼ ਕਰਨ। ਪਿੱਛੇ ਪਰਿਵਾਰ ਦੇ ਸਿਰ 'ਤੇ ਸਤਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ। ਆਹ ਹੁਣ ਆਪਾਂ ਸਾਰੇ ਅਨੰਦਸਰ ਪੜ੍ਹਨ ਤੋਂ ਪਹਿਲਾਂ 2 ਮਿੰਟ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਕਿਉਂਕਿ ਸੰਗਤ ਵਿੱਚ ਬੈਠ ਕਰਕੇ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਇਹ ਕਈ ਬੇਅੰਤ ਗੁਣਾ ਜ਼ਿਆਦਾ ਫਲਦਾਇਕ ਬਣ ਜਾਂਦਾ ਹੈ ਇਨਸਾਨ ਵਾਸਤੇ, ਮਨੁੱਖ ਵਾਸਤੇ, ਕਿਉਂਕਿ ਇਹ ਗੁਰਮੰਤਰ ਹੈ ਵਾਹਿਗੁਰੂ ਜਿਹੜਾ ਹੈ ਗੁਰੂ ਵੱਲੋਂ ਦਿੱਤਾ ਹੋਇਆ ਇਹ ਮੰਤਰ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ, ਇਹਦੇ ਨਾਲ ਮਨੁੱਖ ਦੀ ਹੋਮੈ ਮੁੱਕ ਜਾਂਦੀ, ਖਤਮ ਹੁੰਦੀ ਹੈ। ਜਿਹੜੀਆਂ ਥੋੜੀਆਂ ਝੂਠੀਆਂ ਗੱਲਾਂ ਮਨੁੱਖ ਕਰਦਾ ਨਾ ਸੰਸਾਰ ਵਿੱਚ ਬੈਠ ਕੇ, ਇਹ ਫਿਰ ਕਰਨੀਆਂ ਬੰਦ ਕਰ ਦਿੰਦਾ ਹੈ। ਇਹਨੂੰ ਫਿਰ ਮੈਂ ਦੀ ਥਾਂ 'ਤੇ ਤੂੰ ਦਿਖਣ ਲੱਗ ਪੈਂਦਾ ਹੈ। ਇਹਦੇ ਕਹਿੰਦਾ ਪਰਮਾਤਮਾ ਸਭ ਕੁਛ ਤੇਰਾ ਹੈ, ਉਹ ਵਾਹਿਗੁਰੂ ਮੰਤਰ ਹੈ, ਕਿਉਂਕਿ ਗੁਰੂ ਤੋਂ ਬਿਨਾਂ ਮਨੁੱਖ ਦੀ ਗਤੀ ਨਹੀਂ ਹੁੰਦੀ, ਮੁਕਤੀ ਨਹੀਂ ਹੁੰਦੀ। ਇਸ ਵਾਸਤੇ ਆਓ ਆਪਾਂ ਸਾਰੇ ਬੀਬੀਆਂ ਭੈਣਾਂ ਨੇ ਰਸਨਾ ਪਵਿੱਤਰ ਕਰਨਾ ਹੈ, ਸਾਰੇ ਵੀਰਾਂ ਨੇ ਬਿਲ ਕਰਕੇ ਇਹ 2 ਮਿੰਟ ਵਾਹਿਗੁਰੂ ਦਾ ਜਾਪ ਕਰਕੇ ਫਿਰ ਆਪਾਂ ਕੀ ਮਨ ਭਟਕ ਜਾਂਦਾ ਹੈ, ਮਨ ਸੰਸਾਰੂ ਅਵਸਥਾ 'ਚ ਤੁਰਿਆ ਫਿਰਦਾ ਰਹਿੰਦਾ ਹੈ। ਪਰ ਕਹਿੰਦੇ ਸਤਿਗੁਰੂ ਜਿਉਂ ਜਿਉਂ ਸਿਮਰਨ ਕਰੋ, ਭਜਨ ਬੰਦਗੀ ਕਰੋ, ਮਨ ਟਿਕ ਜਾਂਦਾ ਹੈ। ਇਹ ਨਹੀਂ ਕਿ ਨਹੀਂ ਟਿਕਦਾ, ਟਿਕ ਜਾਂਦਾ ਹੈ, ਪਰ ਜੇ ਬੰਦਗੀ ਭਜਨ ਸਿਮਰਨ ਕਰੋ ਤਾਂ ਉੱਦਾਂ ਨਹੀਂ। ਕਾਲਜੂ ਦੱਸਦਾ ਹੈ ਕਿ ਵਾਹਿਗੁਰੂ ਦਾ ਸਿਮਰਨ ਕਿੰਨੀ ਸ਼ਕਤੀ ਹੈ, ਤੂੰ ਰੋਕ ਨਹੀਂ ਸਕਦਾ ਕਰਨ ਤੋਂ। ਇਸ ਵਾਸਤੇ ਆਪ ਸਾਰਿਆਂ ਨੂੰ ਉੱਚੀ ਆਵਾਜ਼ ਵਿੱਚ ਸਾਰਿਆਂ ਨੇ ਰਸਨਾ ਪਵਿੱਤਰ ਕਰਨਾ ਹੈ। ਕੋਈ ਰਸਨਾ ਐਸੀ ਨਾ ਰਹਿ ਜਾਵੇ ਕਿ ਜਿਹਦੇ ਵਿੱਚੋਂ ਵਾਹਿਗੁਰੂ ਦਾ ਸਿਮਰਨ ਨਿਕਲੇ ਹੀ ਨਾ। ਕਈ ਵਾਰੀ ਕਈ ਰਸਨਾ ਐਸੀਆਂ ਜਿਹੜੀਆਂ ਚੁੱਪ ਕੀਤੀਆਂ ਰਹਿ ਜਾਂਦੀਆਂ, ਸੰਗਤ ਵਿੱਚ ਬੋਲ ਨਹੀਂ ਸਕਦੀਆਂ, ਕਿਉਂਕਿ ਕਾਲਜੂ ਦੀ ਰਸ ਸਭ ਦਾ
ਆਪ ਜੀ ਦੇ ਸੱਦੇ ਪੱਤੇ ਅਨੁਸਾਰ ਮਹਾਰਾਜ ਜੀ ਉਹ ਸਰਦਾਰ ਜਸਪਾਲ ਸਿੰਘ ਜੀ ਨੂੰ ਮਹਾਰਾਜ ਜੀ ਆਪ ਜੀ ਨੇ ਜਿੰਨੀ ਆਯੂ ਉਮਰ ਬਖਸ਼ਿਸ਼ ਕੀਤੀ ਸੀ ਪਿਛਲੇ ਦਿਨੀ ਮਹਾਰਾਜ ਜੀ ਉਹ ਅਕਾਲ ਚਲਾਨਾ ਕਰ ਗਏ ਹਨ। ਮਹਾਰਾਜ ਜੀ ਉਹ ਉਸ ਵਿਛੜੀ ਹੋਈ ਆਤਮਾ ਦੀ ਸੁੱਖ ਸ਼ਾਂਤੀ ਵਾਸਤੇ ਮਹਾਰਾਜ ਜੀ ਉਹ ਪਿੱਛੇ ਪਰਿਵਾਰ ਸਰਦਾਰ ਜਗਦੀਸ਼ ਸਿੰਘ ਸਮੂਹ ਪਰਿਵਾਰ ਨੇ ਆਪ ਜੀ ਦਾ ਊਠ ਆਸਰਾ ਲੈ ਕੇ ਮਹਾਰਾਜ ਜੀ ਉਹ ਧੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਸਨ। ਮਹਾਰਾਜ ਜੀ ਉਹ ਭੋਗ ਪਏ, ਭੋਗ ਤੋਂ ਉਪਰੰਤ ਮਹਾਰਾਜ ਜੀ ਖੁੱਲ੍ਹੇ ਪੰਡਾਲਾਂ ਦੇ ਵਿੱਚ ਸੁੰਦਰ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਉਹ ਗੁਰਸ਼ਬਦ ਦੀ ਵਿਚਾਰ ਹੋਈ, ਹਰ ਜਸ ਕੀਰਤਨ ਹੋਇਆ। ਮਹਾਰਾਜ ਜੀ ਉਹ ਆਪ ਜੀ ਕੇ ਸੇਵਕਾਂ ਪਾਸੋਂ ਗੁਰਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅਨੇਕ ਪ੍ਰਕਾਰ ਦੀ ਹੋਈ ਭੁੱਲ ਚੁੱਕ ਮਾਫ ਕਰਨੀ, ਪੜ੍ਹੀ ਸੁਣੀ ਗੁਰਬਾਣੀ ਸੱਚਖੰਡ ਵੇਖੀ ਪ੍ਰਵਾਨ ਕਰਨੀ ਜੀ, ਬਾਣੀ ਦਾ ਮਹੱਤਵ ਉਸ ਵਿਛੜੀ ਹੋਈ ਆਤਮਾ ਨੂੰ ਬਖਸ਼ਿਸ਼ ਕਰਨੀ, ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੀ। ਮਹਾਰਾਜ ਜੀ ਉਹ ਸਰਦਾਰ ਜਸਪਾਲ ਸਿੰਘ ਜੀ ਤੋਂ ਮਹਾਰਾਜ ਜੀ ਉਹ ਸੰਸਾਰ ਦੇ ਵਿੱਚ ਵਿਚਰਦਿਆਂ ਸੰਸਾਰ ਦੀ ਯਾਤਰਾ ਕਰਦਿਆਂ ਅਨੇਕਾਂ ਪ੍ਰਕਾਰਾਂ ਦੀਆਂ ਹੋਈਆਂ ਗਲਤੀਆਂ ਟੁੱਟੀਆਂ ਮਹਾਰਾਜ ਜੀ ਉਹ ਮਾਫ ਕਰਨੀਆਂ, ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਮਹਾਰਾਜ ਜੀ ਉਹ ਬਲ ਬਖਸ਼ਿਸ਼ ਕਰਨਾ। ਮਹਾਰਾਜ ਜੀ ਕਿਰਪਾ ਕਰਨੀ ਸਿਵਕ ਪਰਿਵਾਰ ਵੱਲੋਂ ਮਹਾਰਾਜ ਜੀ ਉਹ ਜਸਪਾਲ ਸਿੰਘ ਦੇ ਨਿਮਿਤ 15,000 ਰੁਪਈਆ ਗੁਰਦੁਆਰਾ ਸਿੰਘ ਸਾਹਿਬ ਵਾਸਤੇ, ਮਹਾਰਾਜ ਜੀ ਉਹ 15,000 ਰੁਪਈਆ ਸੂਕਵ ਸਕੂਲ ਵਾਸਤੇ, 5,000 ਰੁਪਈਆ ਗੁਰਦੁਆਰਾ ਰਵਿਦਾਸ ਮਹਾਰਾਜ ਜੀ ਵਾਸਤੇ ਮਹਾਰਾਜ ਜੀ ਉਹ ਅਤੇ ਵਸਤਰ ਬਿਸਤਰਾ ਭਾਂਡੇ ਪਰਿਵਾਰ ਨੇ ਮਹਾਰਾਜ ਜੀ ਉਹ ਸਾਰੀਆਂ ਭੇਟਾਵਾਂ ਪ੍ਰਵਾਨ ਕਰਨੀਆਂ, ਲੋਕ ਪਰਲੋਕ ਵਿੱਚ ਪਰਦੇ ਟੱਕੀ ਰੱਖਣੇ, ਉਸ ਵਿਛੜੀ ਹੋਈ ਆਤਮਾ ਨੂੰ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਆਵਾਗਮਨ ਦੇ ਚੱਕਰਾਂ 'ਚੋਂ ਬਚਾਉਣਾ। ਮਹਾਰਾਜ ਜੀ ਉਹ ਆਈ ਹੋਈ ਸਭ ਸੰਗਤਾਂ ਦੀਆਂ ਹਾਜ਼ਰੀਆਂ 3 ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਮੇਰਾ ਭਰਿਆ ਹੱਥ ਰੱਖਣਾ ਆਪ ਜੀ ਕੇ ਹਜ਼ੂਰ, ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਬੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਪ੍ਰਵਾਨ ਕਰੋ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ, ਕਿਰਪਾ ਕਰਨੀ ਮਹਾਰਾਜ ਜੀ ਉਹ ਪਰਿਵਾਰ ਦੇ ਸਿਸ ਤੇ ਮੇਰਾ ਭਰਿਆ ਹੱਥ ਰੱਖਣਾ, ਬਾਣੀ ਬਾਣੀ ਦੇ ਨਾਲ ਜੋੜਨਾ, ਆਉਣ ਵਾਲਾ ਸਮਾਂ ਖੁਸ਼ੀਆਂ ਵਾਲਾ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਪਰਿਵਾਰ ਦੇ ਇਸ ਗ੍ਰਹਿ ਵੇਖੇ ਸੁੱਖ ਸ਼ਾਂਤੀ ਰੱਖਣੀ, ਕਰੋ ਕਿਰਪਾ ਮਹਾਰਾਜ ਜੀ ਉਹ ਲਾਹੀ ਪ੍ਰਮਾਣ ਬਖਸ਼ਿਸ਼ ਕਰਕੇ ਸਭ ਸੰਗਤਾਂ ਨੂੰ ਨਿਹਾਲੋ ਨਿਹਾਲ ਕਰੋ, ਸੁਖ ਪੜ੍ਹਦੇ ਸੁਣਦੇ ਲਾਹੇਵੰਦ ਹੋਵਨ। ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬਤ ਦਾ ਪਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈਆ ਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚਹੇ ਓਜ ਸ਼ਬਦ ਮਿਲੇ, ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ, ਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਣ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਵਾਹਿਗੁਰੂ ਪਾਰ ਉਤਾਰ ਨਹਾਰ, ਬੁਲੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਿੰਤਾ ਤਾਂ ਕੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੀਜ਼ ਲਿਖਿਆ ਤਿਹਾ ਹੁਕਮ ਕਮਾਏ, ਥੱਲੇ ਆਵੇ ਨਾਨਕਾ ਸਦੇ। ਜਿਹੜਾ ਮਨੁੱਖ ਹੈ ਪਰਮੇਸ਼ੁਰ ਦੇ ਘੱਲਿਆ ਵਰਦਾਨਾਂ ਅਤੇ ਚਿੰਤਾ ਦੀ ਇੱਕ ਗੱਲ ਮੰਗ ਲਈ ਕਿ 84 ਲੱਖ ਜੋਨ ਦਾ ਸਫ਼ਰ ਅਤੇ ਉਸ ਸਫ਼ਰ ਨੂੰ ਤੈਅ ਕਰਨ ਲਈ 4 ਪੜਾਅ। ਪਹਿਲਾ ਪੜਾਅ ਪੱਥਰ ਦਾ ਪੜਾਅ, ਬਹੁਤ ਸਾਰੇ ਪੱਥਰ ਸੁੱਤੇ ਅਤੇ ਬਹੁਤ ਸਾਰੇ ਪੱਥਰ ਹਮਾਰੇ ਕਰਨ ਤੋਂ ਖਲੋਤਾ ਹੈ। ਜਿਹੜੇ ਪੱਥਰ ਸੁੱਤੇ ਹੋਏ ਨੇ ਉਹਨਾਂ ਦੇ ਵਿੱਚ ਜ਼ਿੰਦਗੀ ਤਾਂ ਹੈ ਪਰ ਉਹ ਆਪਣੀ ਜ਼ਿੰਦਗੀ ਆਪਣੇ ਆਪ ਦਾ ਪ੍ਰਗਟਾਵਾ। ਕਈ ਪੱਥਰ ਜਾਗਦਾ, ਜਿਹੜੇ ਪੱਥਰ ਜਾਗਦਾ ਸਿਰਾਂ ਦਾ ਭਾਵ, ਉਹਨਾਂ ਜਾਗੇ ਹੋਏ ਪੱਥਰਾਂ ਦੇ ਵਿੱਚੋਂ ਜੇਕਰ ਐਗਜ਼ਾਮਪਲ ਦੇਣੀ ਹੋਵੇ ਕੋਈ ਲੋੜ ਨਹੀਂ ਹੈ। ਜਿਹੜਾ ਬਾਅਦ ਦੇ ਵਿੱਚ ਕਿਹੜਾ ਬੰਦਾ ਚਾਹੁੰਦਾ ਹੈ ਮੇਰੇ ਕੋਲ ਤੋੜੀ ਹੋਣਾ ਕੀ ਗੱਲ ਨਾ ਦੇਖੋ, ਬਾਦਸ਼ਾਹ ਇਹ ਚਾਹੁੰਦੇ ਨੇ ਕਿ ਸਾਡੇ ਕੋਲ ਤੋੜੀ ਹੋ ਗਈ ਆ ਉਹਦੇ ਮਹਿਰ ਦਾ। ਪਰ ਜਿਹੜਾ ਪੱਥਰ ਜਾਗ ਕੇ ਸਤਿਗੁਰਾਂ ਨੇ ਉਹਨੂੰ ਆਪਣੇ ਚਰਨਾਂ 'ਚ ਥਾਂ ਦਿੱਤੀ, ਜਿਹਦੇ ਵਿੱਚ ਰਘੁਆ ਸਾਹਿਬ ਰਾਮਦਾਸ ਜੀ ਮਹਾਰਾਜ ਦੇ ਪਾਵਨ ਪਵਿੱਤਰ ਕਰਕੇ ਉਹਨੂੰ ਮੇਰੇ ਚੜ੍ਹ, ਉਹਨੂੰ ਹੀਰੇ ਲੱਗੇ ਹੁੰਦੇ ਨੇ, ਪੰਨੇ ਲੱਗੇ ਹੁੰਦੇ ਨੇ, ਪਕੜਾਦ ਲੱਗੇ ਹੁੰਦੇ ਨੇ, ਕੀਮਤ ਆਕੀ ਨਹੀਂ ਜਾ ਸਕਦੀ। ਅੱਜ ਤੁਸੀਂ ਕਿਤੇ ਬੁੱਕ ਕਰਵਾਉਣਾ ਹੋਵੇ ਕਿ ਚੰਦੋਆ ਸਾਹਿਬ ਅਸੀਂ ਚੜ੍ਹਾਉਣਾ ਅਤੇ ਤੁਹਾਨੂੰ ਬੜੀ ਲੰਬੀ ਤਰੀਕ ਮਿਲਦੀ ਹੈ। ਬਨਸਪਤੀ ਸੁਣਦੇ ਹੈ, ਬਨਸਪਤੀ ਪਰ ਬਨਸਪਤੀ ਦੇ ਵਿੱਚੋਂ ਵੀ ਜਿਹੜੀ ਥਾਂ ਚੰਦਨ ਦੇ ਰੁੱਖ ਨੂੰ ਮਿਲੀ ਹੋ ਕਿਸੇ ਨੂੰ, ਚੰਦਨ ਦੇ ਰੁੱਖ ਦੀ ਚੌਕੀ 10ਵੇਂ ਪਾਤਸ਼ਾਹ ਗੁਰੂ ਸਿੰਘ ਮਹਾਰਾਜ ਦਾ ਰਾਜ ਮਾਤਰ। ਅਤੇ ਤੀਸਰਾ ਜਿਹੜਾ ਪੜਾਅ ਹੈ ਪਸ਼ੂਆਂ ਅਤੇ ਪੰਛੀਆਂ ਦਾ, ਤੀਸਰੇ ਪੜਾਅ ਦੇ ਵਿੱਚ ਪਸ਼ੂ ਅਤੇ ਪੰਛੀ ਦੋ ਜਿਹੜੇ ਜਾਨਵਰ ਨੇ ਦੁਨੀਆਂ ਦੇ ਵਿੱਚ ਉਹਨਾਂ ਨੂੰ ਮਹਾਨਤਾ ਮਿਲੀ, ਇੱਕ ਦਾਨ ਅਤੇ ਦੂਜਾ। ਹਿੰਦੁਸਤਾਨ ਦੇ ਵਿੱਚ ਵੱਖਰੀ ਗੱਲ ਹੈ, ਦਾਨ ਮਾਂ ਤੇ ਪੂਜਿਆ ਜਾਂਦਾ ਹਿੰਦੂ ਧਰਮ, ਪਰ ਤੁਸੀਂ ਕਿਤੇ ਬਾਅਦ ਦੀ ਦੁਨੀਆਂ ਦੇ ਗੇੜਾ ਲਾਇਓ ਤੁਹਾਨੂੰ ਬਹੁਤ ਸਾਰੇ ਜਿਹੜੇ ਗਾਵਾਂ ਵਿੱਚ ਚਿੱਤਰ ਮਿਲਣ ਲੱਗ ਪਏ, ਕਿਉਂਕਿ ਦਾਨ ਵਿੱਚ ਚੰਗੇ ਪਸ਼ੂ ਨੂੰ ਦਰਜਾ ਦਿੱਤਾ, ਸ਼ੇਰ ਨੂੰ ਚੰਗੇ ਜਾਨਵਰ ਦਾ ਦਰਜਾ ਦਿੱਤਾ ਗਿਆ, ਅਤੇ ਚੌਥਾ ਪੜਾਅ ਮਨੁੱਖਤਾ। ਮਨੁੱਖਤਾ ਦੇ ਪੜਾਅ ਦੇ ਵਿੱਚ ਤਿੰਨ ਅਰਦਾਸਾਂ ਅਹਿਮ ਹੋਣਗੀਆਂ। ਪਹਿਲੀ ਅਰਦਾਸ ਜੀਵਨ ਦੀ ਅਰਦਾਸ, ਜਦੋਂ ਮਨੁੱਖ ਜਨਮ ਮਾਂ ਪਿਓ ਅਰਦਾਸ ਕਰਾ ਜਾਂਦੇ, ਸਿਖਰੋਂ ਬੱਚੇ ਦਾ ਨਾਮ ਕਢਾਇਆ ਜਾਂਦਾ, ਅਰਦਾਸ ਕਰਾਈ ਜਾਂਦੀ, ਹੁਕਮ ਨਾਮ ਆ ਗਿਆ। ਦੂਜੀ ਅਰਦਾਸ ਹੁੰਦੀ ਹੈ ਗ੍ਰਸਥ ਦੀ ਅਰਦਾਸ,
ਜਿੱਦਣ ਮਨੁੱਖ ਗ੍ਰਸਤ ਜੀਵਨ ਦੇ ਵਿੱਚ ਪ੍ਰਵੇਸ਼ ਕਰਨ, ਚਾਹੇ ਉਹ ਲੜਕਾ ਹੋਵੇ, ਚਾਹੇ ਲੜਕੀ ਹੋਵੇ, ਚਾਹੇ ਮਰਦ ਹੋਵੇ, ਚਾਹੇ ਔਰਤ ਹੋਵੇ। ਅਤੇ ਤੀਜੀ ਜਿਹੜੀ ਅਰਦਾਸ, ਉਸ ਅਰਦਾਸ ਦੇ ਮੂਹਰੇ ਸ਼ਬਦ ਲੱਗਦਾ ਹੈ, ਉੱਥੇ ਜਿਹੜੀ ਅੰਤਮ ਅਰਦਾਸ, ਨਾ ਤਾਂ ਸ਼ਬਦ ਮੈਂ ਵਰਤਿਆ, ਨਾ ਤੁਸੀਂ ਲਾਇਆ, ਇਹ ਸ਼ਬਦ ਪਿਛੋਕੜ ਤੋਂ ਲੱਗਿਆ ਹੁੰਦਾ। ਅਸੀਂ ਉਸੇ ਤਰ੍ਹਾਂ ਉਹਨੂੰ ਦੁਹਰਾ ਰਹੇ ਹਾਂ। ਕਾਰਡਾਂ ਦੇ ਉੱਤੇ ਲਿਖਿਆ ਹੋਇਆ ਮਿਲ ਰਿਹਾ, ਕਦੇ ਤੁਸੀਂ ਐਡਵਰਟਾਈਜਮੈਂਟ ਦੇ ਰੂਪ ਦੇ ਵਿੱਚ ਬਹੁਤ ਸਾਰੀਆਂ ਇਸ਼ਤਿਹਾਰ ਦੇਖੇ ਹੋਏ, ਜਿਹੜੇ ਵੱਡੇ ਘਰਾਣੇ ਆ ਉਹਨਾਂ ਦੇ ਉੱਤੇ ਉਹਦੇ ਉੱਤੇ ਲਿਖਿਆ ਜਾਂਦਾ ਅੰਤਮ ਅਰਦਾਸ। ਪਹਿਲੀਆਂ ਦੋ ਅਰਦਾਸਾਂ ਅੰਤਮ, ਸ਼ਿਕਲ ਜਿਹੜੀ ਤੀਜੀ ਅਰਦਾਸ ਹੈ ਅੰਤਮ ਅਰਦਾਸ। ਤੀਜੀ ਅਰਦਾਸ ਅੰਤਮ ਅਰਦਾਸ ਤਾਂ ਹੈ ਕਿਉਂਕਿ ਇਸ ਤੋਂ ਬਾਅਦ ਮਨੁੱਖ ਦੇ ਜੀਵਨ ਦੀ ਕੋਈ ਅਰਦਾਸ ਨਹੀਂ ਹੁੰਦੀ ਜਿਹੜੀ ਅੰਤਮ ਅਰਦਾਸ ਹੋਵੇ। ਅੱਜ ਅਸੀਂ ਸ਼ਾਮਲ ਹੋਏ ਹਾਂ, ਮੇਰੇ ਬਹੁਤ ਹੀ ਸਤਿਕਾਰ ਇਲਾਕੇ ਦਾ ਸਤਿਕਾਰ ਜਗਦੀਪ ਸਿੰਘ ਜੀ ਰਾਮੇ ਔਰ ਉਹਨਾਂ ਦੇ ਭਰਾ ਜਸਪਾਲ ਸਿੰਘ ਜੀ ਨੂੰ ਅਸੀਂ ਪਿਆਰ ਦੇ ਨਾਲ ਸਾਰੇ ਕਰਾ ਰਹੇ ਹਾਂ। ਉਹ ਸਾਡੇ ਵਿੱਚ ਨਹੀਂ ਰਹੇ, ਸਦੀਵੀ ਵਿਛੋੜਾ ਦੇ ਗਏ, ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ। ਇੱਥੇ ਅੰਤਮ ਸ਼ਬਦ ਤਾਂ ਵਰਤਿਆ ਗਿਆ ਕਿ ਅੰਤਮ ਵਾਰ ਜਸਪਾਲ ਸਿੰਘ ਕਾਲਾ ਦੇ ਕੋਈ ਅਰਦਾਸ ਜਿਹੜੀ ਰਿਸ਼ੀ ਕਰੇ। ਸੋ ਅੱਜ ਦੇ ਦਬਾਅ ਦੇ ਵਿੱਚ ਇਸ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਲਈ ਵੱਖ ਵੱਖ ਸ਼ਖਸੀਅਤ ਰਾਜਨੀਤਿਕ ਖੇਤਰ ਦੇ ਵਿੱਚ, ਪ੍ਰਸ਼ਾਸਨਿਕ ਖੇਤਰ ਦੇ ਵਿੱਚੋਂ ਸਨਮਾਨਜਨਕ ਚੁਣੇ, ਧਾਰਮਿਕ ਖੇਤਰ ਦੇ ਵਿੱਚੋਂ ਸਤਿਕਾਰੀਆਂ ਹੋਈਆਂ ਲੋਕ, ਸਮਾਜਿਕ ਖੇਤਰ ਦੇ ਵਿੱਚੋਂ ਸਤਿਕਾਰੇ ਬੱਚੇ ਅੱਜ ਦੇ ਦਬਾਅ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਪਰਿਵਾਰ ਦੇ ਨਾਲ ਹਮਦਰਦੀ ਦਾ ਸਤਿਕਾਰ ਕਰ ਰਹੇ। ਮਨੁੱਖ ਪਿਛਲੇ ਦਿਨ ਬਸੰਤ ਪੰਚਮੀ ਦਾ ਤਿਉਹਾਰ ਨਾਲ ਬੰਦਾ ਇੱਕ ਜ਼ਿੰਦਗੀ ਦੇ ਵਿੱਚ ਪਤੰਗ ਖਰੀਦਦਾ। ਜਦੋਂ ਅਸੀਂ ਕਦੇ ਛੋਟੇ ਸੀ ਅਸੀਂ ਵੀ ਪਤੰਗ ਚੜਾਇਆ। ਜਦੋਂ ਬੱਚਾ ਪਤੰਗ ਖਰੀਦਦਾ ਉਹਨੂੰ ਪਤਾ ਕਿ ਜਿਹੜਾ ਮੈਂ ਪਤੰਗ ਖਰੀਦਿਆ ਇਹੋ ਜਿਹਾ ਪਤੰਗ ਬੜੇ ਦਰਬਾਰ ਦੇ ਵਿੱਚ, ਇੱਕ ਡੋਰ ਖਰੀਦੇ ਜਾਣ ਲਈ ਉਹਨੂੰ ਪਤਾ ਕਿ ਜਿਹੜੀ ਡੋਰ ਮੈਂ ਖਰੀਦੀ ਹੈ ਇਹੋ ਜਿਹੀਆਂ ਡੋਰਾਂ ਦੁਕਾਨ ਦੇ ਉੱਤੇ ਬੜੀਆਂ ਪਈਆਂ ਮੋਲ ਵਿਕਦੀਆਂ ਮਿਲ ਜਾਂਦੀਆਂ। ਪਤੰਗ ਚੜਾਉਣ ਵਾਲਾ ਪਤੰਗ ਚੜਾਉਂਦਾ, ਪਤੰਗ ਉੱਚਾ ਚੜ੍ਹਦਾ। ਜਿਉਂ ਜਿਉਂ ਪਤੰਗ ਉੱਚਾ ਚੜ੍ਹਦਾ ਹੈ ਬੰਦੇ ਦੇ ਦਿਲ ਨੂੰ ਖੁਸ਼ੀ ਹੁੰਦੀ ਹੈ, ਇੱਕ ਆਤਮਕ ਸਕੂਨ ਮਿਲਦਾ ਕਿ ਮੇਰਾ ਪਤੰਗ ਬੜਾ ਉੱਚਾ ਚੜ੍ਹ, ਮੇਰੀ ਗੁੱਡੀ ਬੜੀ ਉੱਚੀ ਚੜ੍ਹ ਗਈ, ਕਿਤੇ ਅਚਨਚੇਤ ਪਤੰਗ ਹਵਾ ਦੀ ਲਪੇਟ ਚ ਆਉਂਦਾ ਹੈ ਜਾਂ ਚੜ੍ਹਾਉਣ ਵਾਲੇ ਵੱਲੋਂ ਡੋਰ ਦਾ ਬੈਲੈਂਸ ਕਿਤੇ ਵਿਗੜਦਾ ਹੈ ਅਤੇ ਪਤੰਗ ਜਦੋਂ ਘੁੰਮ ਕੇ ਗੋਲੀ ਮਾਰਦਾ ਹੈ ਸਿਰਫ ਜਿਸ ਸਿਰ ਦੇ ਉੱਤੇ ਸਰਦਾਰੀ ਕੀਤੀ ਸਰਦਾਰ ਜਗਦੀਪ ਸਿੰਘ ਰਾਮੇ ਵਾਲ ਨੇ, ਜਦੋਂ ਉਸ ਪਤੰਗ ਦੀ ਡੋਰ ਟੁੱਟੀ ਹੋਵੇਗੀ ਕਿੰਨੀਆਂ ਭੁੱਖਾਂ ਮਾਰੀਆਂ ਹੋਣਗੀਆਂ, ਕਿੰਨੇ ਕੁ ਦਿਲ ਦੇ ਵਿੱਚੋਂ ਬਰਾਗ ਫੁੱਟੇ ਹੋਣਗੇ, ਕਿੰਨੀਆਂ ਚੀਕਾਂ, ਕਿੰਨੇ ਅਰਮਾਨ ਤੜਫੇ ਹੋਣਗੇ, ਕਿੰਨੇ ਕੁ ਜਜ਼ਬੇ ਕਤਲ ਹੋਏ ਹੋਣਗੇ, ਇਹਦਾ ਸਿਰਫ ਮੈਂ ਤੇ ਸ਼ਬਦਾਂ ਦੇ ਵਿੱਚ ਅੰਦਾਜ਼ਾ ਲਾ ਸਕਦਾ, ਮੈਂ ਦੱਸ ਨਹੀਂ ਸਕਦਾ ਇਸ ਪਰਿਵਾਰ ਨੂੰ ਪੀੜ ਨੂੰ ਇਹਨਾਂ ਦੀ ਪੀੜ ਕਿੰਨੀ ਹੋਈ। ਸੋ ਸਮਾਂ ਬੜਾ ਹੋ ਚੁੱਕਾ, ਮੈਨੂੰ ਪਰਮਾਤਮਾ ਨੂੰ ਹੁਕਮ ਹੋਇਆ ਕਿ ਅੱਜ ਦੇ ਦੌਰਾਨ ਦੇ ਵਿੱਚ ਸ਼ੋਕ ਸਮਾਗਮ ਦੇ ਵਿੱਚ ਸਰਕਾਰ ਰੂਹਾਂ ਹਾਜ਼ਰ, ਸੋ ਉਹਨਾਂ ਰੂਹਾਂ ਦੇ ਵਿੱਚੋਂ ਸਾਡੇ ਹਲਕੇ ਦੇ MLA ਗੁਰੂ ਪ੍ਰਤਾਪ ਸਿੰਘ ਜੀ ਬਰਾੜਾ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਲਈ ਪਹੁੰਚੇ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਜਿੱਥੇ ਵਿਛੜੀ ਹੋਈ ਆਤਮਾ ਸ਼ਰਧਾਂਜਲੀ ਭੇਟ ਕਰਕੇ ਉੱਥੇ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨਗੇ। ਹਲਕਾ MLA ਗੁਰੂ ਪ੍ਰਤਾਪ ਸਿੰਘ ਜੀ ਬਟਾਲਾ ਸਾਹਿਬ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੀ ਜੁੜ ਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਫਤਿਹ ਪ੍ਰਵਾਨ ਕਰਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਫਰੀਦਾ ਜਬ ਹਮਾਏ ਜਗਤ ਮੇ ਜਗ ਹਸਾ ਹਮ ਰੋਏ ਐਸੀ ਕਰਨੀ ਕਰ ਚਲੇ ਹਮ ਹਸੇ ਜਗ ਰੋਏ। ਬਹੁਤ ਹੀ ਦੁੱਖ ਭਰਿਆ ਸਮਾਂ, ਬੜਾ ਅਫਸੋਸ ਹੈ ਆਪਾਂ ਸਾਰਿਆਂ ਨੂੰ ਕਿ ਆਪਣੇ ਸਾਰਿਆਂ ਤੋਂ, ਆਪਣੇ ਪਰਿਵਾਰ ਤੋਂ ਸਦਾ ਵਾਸਤੇ ਵਿਛੜ ਗਏ। ਅਚਨਚੇਤ ਅਤੇ ਬੇਵਕਤ ਇੱਕ ਬੜੀ ਨੇਕ ਰੂਹ, ਬੜਾ ਹਰ ਦਿਲ ਇਨਸਾਨ, ਬੜੇ ਗੁਰਮੁਖ ਪਿਆਰੇ, ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਕੀਤੀ ਇਸ ਛੋਟੀ ਦੀ ਆਯੂ ਵਿੱਚ, ਉਹ ਆਪਣੇ ਤੋਂ ਸਦਾ ਵਾਸਤੇ ਵਿਛੜ ਗਏ। ਸਰਦਾਰ ਜਸਪਾਲ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਕਾਲਾ ਕਿਆ ਕਰਦੇ ਸੀ, ਸਰਦਾਰ ਜਗਦੀਸ਼ ਸਿੰਘ ਜੀ ਦੇ ਛੋਟੇ ਭਾਈ ਸਾਹਿਬ, ਜਿਨ੍ਹਾਂ ਨੇ ਇਸ ਉਮਰ ਵਿੱਚ ਆ ਕੇ ਇਸ ਮਨੁੱਖਾ ਜੀਵਨ ਧਾਰ ਕੇ ਹਰ ਇੱਕ ਨੂੰ ਸਤਿਕਾਰ ਦਿੱਤਾ। ਕੋਈ ਬਜ਼ੁਰਗ ਮਿਲਿਆ ਹੋਵੇ ਉਹਨੂੰ ਬਾਪ ਦਾ ਦਰਜਾ ਦਿੱਤਾ ਹੈ, ਆਪਣੇ ਵੱਡੇ ਭਰਾ ਨੂੰ ਸਦਾ ਹੀ ਭਰਾ ਦੇ ਨਾਲੋਂ ਵੀ ਜ਼ਿਆਦਾ ਸਨਮਾਨ ਦਿੱਤਾ। ਇੰਨਾ ਉਹਨਾਂ ਦੇ ਮਨ ਵਿੱਚ ਇੱਕ ਸੇਵਾ ਭਾਵਨਾ ਦਾ ਜਜ਼ਬਾ ਸੀਗਾ। ਜਿੰਨੀਆਂ ਵੀ ਸਿਫਤਾਂ ਕਰ ਲਈਆਂ ਥੋੜ੍ਹੀਆਂ ਨੇ, ਬੜਾ ਕੁਛ ਕਹਿ ਸਕਦੇ ਹਾਂ, ਲੇਕਿਨ ਸਮਾਂ ਆ ਗਿਆ ਨਹੀਂ ਹੁੰਦਾ। ਜਦ ਇੱਦਾਂ ਦਾ ਭਾਣਾ ਵਰਤਦਾ ਹੈ ਕਿ ਆਪਾਂ ਸੋਚਦੇ ਹਾਂ ਕਿ ਇਸ ਦੁਨੀਆਂ ਵਿੱਚ ਆਉਣ ਦਾ ਮਨੋਰਥ ਕੀ ਹੈ। ਭਾਈ ਸਾਹਿਬ ਦਰਬਾਰ ਸਾਹਿਬ ਤੋਂ ਆਏ ਰਾਜੀ ਸਿੰਘ ਕੀਰਤਨੀ ਜਥੇ, ਆਪਾਂ ਇਹਨਾਂ ਨੂੰ ਸੁਣਦੇ ਹਾਂ, ਸਰਵਣ ਕਰਦੇ ਹਾਂ ਬਾਣੀ ਇਹਨਾਂ ਦੇ ਮਖਾਣ ਦੇ ਤੋਂ, ਅਤੇ ਬਹੁਤ ਆਪਾਂ ਨੂੰ ਆਸਰਾ ਮਿਲਦਾ, ਬੜੀ ਤਰਾਸ ਮਿਲਦੀ ਹੈ। ਲੇਕਿਨ ਜਿੱਥੇ ਗੁਰੂ ਸਾਹਿਬ ਆਪਾਂ ਨੂੰ ਇਹ ਪੈਰ ਪੈਰ 'ਤੇ ਦੱਸਦੇ ਨੇ ਕਿ ਭਾਈ ਇੱਥੇ ਤਾਂ ਸਦਾ ਕੋਈ ਰਿਹਾ ਨਹੀਂ, ਸਦੀਕ ਕਾਲ ਵਾਸਤੇ ਤੁਰ ਰਿਹਾ ਨਹੀਂ। ਦੇਖੋ ਕਈ ਗੁਰੂ ਸਾਹਿਬਾਨ ਵੀ ਛੋਟੀਆਂ ਉਮਰਾਂ ਚਲੇ ਗਏ, ਕਈ ਵੱਡੇ ਵੱਡੇ ਪੀਰ ਪੈਗੰਬਰ ਵੀ ਛੋਟੀਆਂ ਉਮਰਾਂ 'ਚ ਗਏ, ਰਾਜੇ ਮਹਾਰਾਜੇ ਜਿਹਨਾਂ ਕੋਲ ਸਭ ਕੁਛ ਸੀਗਾ। ਅਲੈਗਜ਼ੈਂਡਰ ਦੀ ਗੱਲ ਕਰੀਏ, ਸਿਕੰਦਰ ਬਾਦਸ਼ਾਹ, ਦੁਨੀਆਂ ਫਤਿਹ ਕਰ ਲਈ, ਦੁਨੀਆਂ ਉਹਨੇ ਸਾਰੀ ਘੁੰਮ ਲਈ, ਅਤੇ ਲੇਕਿਨ ਕੋਈ ਵੀ ਉਹਨੂੰ ਨੀਂ ਮੱਕੀ ਕੋਈ ਵੈਰ ਬਚਾ ਨਹੀਂ ਸਕਿਆ। ਦੁਨੀਆਂ ਦਾ ਬਾਦਸ਼ਾਹ ਸੀਗਾ, ਛੋਟੀ ਉਮਰ 'ਚ ਚਲਾ ਗਿਆ। ਸਰਦਾਰ ਜਸਪਾਲ ਸਿੰਘ ਜੀ, ਜਿਤਨੀ ਉਸਦੀ ਪਰਿਵਾਰ ਨੂੰ ਲੋੜ ਸੀ, ਉਸ ਤੋਂ ਜ਼ਿਆਦਾ ਉਸਦੀ ਸਮਾਜ ਨੂੰ ਲੋੜ ਸੀ। ਜੇ ਦੇਖਿਆ ਜਾਵੇ ਤਾਂ ਕਈ ਵਾਰੀ ਆਪਾਂ ਅਕਸਰ ਗੱਲ ਕਹਿੰਦੇ ਹਾਂ ਕਿ ਜਿਹੜੇ ਭਗਤ ਹੁੰਦੇ ਨੇ, ਜਿਹੜੀਆਂ ਕੋਈ ਰੱਬ ਰੂਪੀ ਰੂਹਾਂ ਹੁੰਦੀਆਂ ਨੇ, ਉਹਨਾਂ ਨੂੰ ਪਰਮਾਤਮਾ ਛੇਤੀ ਲੈ ਜਾਂਦਾ ਹੈ, ਉਹਨਾਂ ਨੂੰ ਛੇਤੀ ਬੁਲਾਵਾ ਆ ਜਾਂਦਾ ਹੈ। ਇਸ ਗੱਲ ਨੂੰ ਆਪਾਂ ਆਪਣੇ ਮਨ 'ਚ ਵਸਾ ਕੇ ਢਾਲਸ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਰਦਾਰ ਜਸਪਾਲ ਸਿੰਘ ਦਾ ਇੱਦਾਂ ਕਿਉਂ ਹੋਇਆ, ਨਹੀਂ ਸੀ ਹੋਣਾ ਚਾਹੀਦਾ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਜਦੋਂ ਇੰਨਾ ਜ਼ੁਲਮ ਹੋਇਆ ਬਾਬਰ ਦਾ, ਦੇਖ ਕੇ ਉਹਨਾਂ ਨੇ ਰੱਬ ਨੂੰ ਉਲਾਂਭਾ ਮਾਰਿਆ, ਰੱਬ ਨਾਲ ਹਿਰਕ ਕੀਤਾ, ਉਹਨਾਂ ਨੇ ਆਖਿਆ ਕਿ ਇੱਥੇ ਮਾਰ ਪਏ ਕੁਰਬਾਨੀ, ਟੈਂਕੀ ਦਰਦ ਨਾ ਆਇਆ। ਆਪਾਂ ਵੀ ਇਹੀ ਸੋਚਦੇ ਹਾਂ ਕਿ ਅਜੇ ਉਸ ਆਪਣੇ ਵੀਰ ਦੀ ਉਮਰ ਜਾਣਦੀ ਨਹੀਂ ਸੀ, ਹਜੇ ਤਾਂ ਉਹਨੂੰ ਆਪਣੇ ਭਰਾਵਾਂ ਦਾ ਆਸਰਾ ਬਣਨ ਦੀ ਲੋੜ ਸੀ, ਬੱਚਿਆਂ ਦਾ ਸਾਇਆ, ਆਪਣੀ ਜਿਹੜੀ ਧਰਮ ਪਤਨੀ ਹੈ ਉਹਦਾ ਜੀਵਨ ਸਾਥੀ, ਉਹ ਸਭ ਨੂੰ ਲੋੜ ਸੀ। ਇਸ ਨਗਰ ਨੂੰ, ਸਮਾਜ ਨੂੰ, ਆਪਾਂ ਸਭ ਨੂੰ ਬਹੁਤ ਜ਼ਿਆਦਾ ਲੋੜ ਸੀ। ਜੋ ਵੀ ਕਰਕੇ ਗਏ ਨੇ, ਅਗਰ ਆਪਾਂ ਜ਼ਿਕਰ ਕਰੀਏ ਇੱਦਾਂ ਦੀਆਂ ਸ਼ਖਸੀਅਤਾਂ ਜਿਹਨੂੰ ਅਸੀਂ ਅਫਸੋਸ ਕਰਨ ਆਏ ਹਾਂ, ਸਰਦਾਰ ਜਗਦੀਸ਼ ਸਿੰਘ ਜੀ ਨੇ ਦੱਸਿਆ ਉਹਨਾਂ ਦੀ ਜ਼ਿੰਦਗੀ ਦਾ ਵਰਣਨ ਕੀਤਾ, ਅਤੇ ਆਪਣੇ ਆਪ ਵਿੱਚ ਬੰਦਾ ਹੈਰਾਨ ਹੁੰਦਾ ਹੈ ਕਿ ਇੱਦਾਂ ਦਾ ਵੀ ਕੋਈ ਇਨਸਾਨ ਹੋ ਸਕਦਾ ਹੈ ਜਿਹੜਾ ਇੰਨਾ ਪਿਆਰ, ਇੰਨਾ ਸਤਿਕਾਰ, ਇੰਨਾ ਮਾਣ ਕਰਦਾ ਹੋਵੇ ਹਰ ਇੱਕ ਦਾ। ਕਿ ਆਪਾਂ ਜਿਤਨਾ ਵੀ ਆਪਾਂ ਕੋਸ਼ਿਸ਼ ਕਰੀਏ, ਸਰਦਾਰ ਜਸਪਾਲ ਸਿੰਘ ਵਰਗਾ ਆਪਾਂ ਨਹੀਂ, ਕੋਈ ਨਹੀਂ ਬਣ ਸਕਦਾ। ਪਰ ਫਿਰ ਉਹਨਾਂ ਦੇ ਮਨ ਵਿੱਚ ਕੀ ਸੀ, ਉਹਨਾਂ ਦੇ ਕਿਉਂ ਇੰਨਾ ਦਾ ਕੋਈ ਦਿਮਾਗ ਵਿੱਚ ਬੋਝ ਪੈ ਗਿਆ, ਕਿਉਂ ਇੱਦਾਂ ਦੀ ਉਹਨਾਂ ਦੀ ਅਵਸਥਾ ਬਣੀ, ਇਹ ਵੀ ਪਰਮਾਤਮਾ ਹੀ ਜਾਣਦਾ। ਕੋਈ ਆਪਾਂ ਇਹਦਾ ਅੰਦਾਜ਼ਾ ਲਾ ਨਹੀਂ ਸਕਦੇ। ਇਹੀ ਕਹਿ ਸਕਦੇ ਕਿ ਮੌਤ ਅਤੇ ਜ਼ਿੰਦਗੀ ਦੇ ਦਰਮਿਆਨ ਇਤਨੀ ਇੱਕ ਬਹੁਤ ਹੀ ਕਮਜ਼ੋਰ ਲਕੀਰ ਹੈ ਕਿ ਜਦੋਂ ਲਕੀਰ ਟੱਪ ਜਾਂਦੇ ਹੈ ਤੇ ਇਹ ਜ਼ਿੰਦਗੀ ਦਾ ਅੰਤ ਹੋ ਜਾਂਦਾ। ਹੁਣ ਰਾਤ ਨੂੰ ਸੁੱਤੇ ਬੜਾ ਸੋਹਣਾ ਗੱਲਾਂ ਬਾਤਾਂ ਕਰਕੇ, ਬੜੀਆਂ ਵਧੀਆ ਉਹਦੇ ਮਾਹੌਲ ਵਿੱਚ, ਚੰਗੇ ਆਪਣੇ ਵਾਤਾਵਰਨ ਵਿੱਚ ਪਏ, ਪਰ ਕੀ ਪਤਾ ਸੀ ਕਿ ਭਰਾ ਨੇ ਸਵੇਰੇ ਸੁਣਾ ਨੇ। ਸੋ ਬਹੁਤ ਵੱਡਾ ਘਾਟਾ ਪਿਆ ਸਰਦਾਰ ਜਗਦੀਸ਼ ਸਿੰਘ ਜੀ ਨੂੰ।
ਜਿੰਦੀ ਉਹ ਸੇਵਾ ਸਕੂਲ ਲਈ ਕਰਕੇ ਗਏ, ਆਪਣੇ ਧਾਰਮਿਕ ਸਥਾਨਾਂ ਲਈ ਕਰਕੇ ਗਏ, ਗਰੀਬ ਗੁਰਦੇ ਲਈ ਕਰਕੇ ਗਏ, ਉਹ ਬਹੁਤ ਹੀ ਕਾਬਲੇ ਤਾਰੀਫ ਹੈ। ਫਿਰ ਇਹ ਵੀ ਆਪਾਂ ਨੂੰ ਆਪਾਂ ਦੇਖਦੇ ਆਪਣੇ ਪਰਿਵਾਰਾਂ 'ਚ ਕਿ ਵੀ ਆਪਾਂ ਕਹਿੰਦੇ ਹਾਂ ਕਿ ਇੱਕ ਐਸਾ ਜੀ ਆ ਗਿਆ ਸਾਰੇ ਪਰਿਵਾਰ ਨੂੰ ਕਰ ਗਿਆ। ਕਿਵੇਂ ਕੋਈ ਆਪਣੀ ਬੇਟੀ ਵਿਆਹ ਕੇ ਜਾਂਦੀ ਹੈ ਕਿਸੇ ਘਰ ਵਿੱਚ, ਤੇ ਜਦੋਂ ਉਸ ਘਰ ਜਾਂਦੀ ਸਹੁਰਿਆਂ ਦੇ, ਉਹ ਕਹਿੰਦੇ ਸਾਡਾ ਤਾਂ ਕਾਇਆ ਕਰ ਹੋ ਗਈ ਸਾਡੇ ਪਰਿਵਾਰ ਦੀ, ਇਹ ਜਦੋਂ ਦੇ ਪੈ ਪਾਏ ਨੇ। ਇਹ ਐਸਾ ਇਨਸਾਨ ਸੀ ਸਰਦਾਰ ਜਸਪਾਲ ਸਿੰਘ ਕਾਲਾ ਜੀ। ਜਰਮਨੀ ਗਏ, ਮਿਹਨਤ ਕੀਤੀ, ਕਮਾਈ ਕੀਤੀ, ਇਹਨਾਂ ਦੂਰ ਜਾ ਕੇ ਭਰਾਵਾਂ ਤੋਂ ਆਪਣਾ ਸਾਰਾ ਘਰ ਬਾਰ ਛੱਡ ਕੇ ਗਏ। ਇਸ ਪਰਿਵਾਰ ਨੂੰ ਉਹਨਾਂ ਨੇ ਤਾਰਤਾ, ਇਹ ਉਹਨਾਂ ਦਾ ਮਸਤਕ ਸੀ, ਉਹਨਾਂ ਦਾ ਭਾਗ ਸੀ। ਕਈਆਂ ਦੇ ਮਸਤਕ ਲਿਖਿਆ ਹੁੰਦਾ ਕਿ ਸਾਰੇ ਪਰਿਵਾਰ ਨੂੰ ਉਹ ਉਸ ਮੁਕਾਮ 'ਤੇ ਲੈ ਕੇ ਜਾਂਦੇ ਨੇ ਜਿੱਥੋਂ ਫਿਰ ਪਰਿਵਾਰ ਪਿੱਛੇ ਮੁੜ ਕੇ ਦੇਖਦਾ ਨਹੀਂ। ਇਹਨਾਂ ਦੀ ਵੱਡੀ ਸੇਵਾ ਕਰਕੇ ਗਏ ਨੇ ਆਪਣੇ ਪਰਿਵਾਰ ਵਾਸਤੇ ਸਰਦਾਰ ਜਸਪਾਲ ਸਿੰਘ ਜੀ। ਲੇਕਿਨ ਬੜੇ ਅਫਸੋਸ ਦਾ ਕਹਿਣਾ ਪੈਂਦਾ ਹੈ ਕਿ ਆਪਾਂ ਸਮਾਜ ਵਿੱਚ ਵਿਚਰਦੇ ਹਾਂ, ਪਤਾ ਨਹੀਂ ਪੰਜਾਬੀਆਂ ਦੀਆਂ ਕਿਉਂ ਇਹ ਕਦੋਂ ਆਦਤਾਂ ਜਾਣਗੀਆਂ, ਕਦੋਂ ਆਪਾਂ ਇਸ ਗੱਲ ਤੋਂ ਆਪਣਾ ਛੁਟਕਾਰਾ ਕਰਾਵਾਂਗੇ ਕਿ ਆਪਾਂ ਇੱਕ ਦੂਜੇ ਦਾ ਵਿਰੋਧ, ਇੱਕ ਦੂਜੇ ਦਾ ਵੈਰ, ਇੱਕ ਦੂਜੇ ਦੀ ਆਪਾਂ ਚੁਗਲੀ ਮਿਲਦੇ ਹਾਂ, ਕਿਉਂ ਨਹੀਂ ਆਪਾਂ ਛੱਡਦੇ, ਕਿਉਂ ਆਪਾਂ ਆਪਣੇ ਆਪ ਨੂੰ ਸੁਧਾਰਦੇ ਨਹੀਂ। ਬਾਣੀ ਆਪਾਂ ਨੂੰ ਸਦਾ ਹੀ ਸਿੱਖਿਆ ਦਿੰਦੀ ਹੈ ਕਿ ਭਲਾ ਕਰੋ, ਭਲਾ ਮੰਗੋ। ਜੇ ਆਪਾਂ ਕਿਤੇ ਗੁਰੂ ਘਰ ਜਾਂਦੇ ਹਾਂ, ਅਰਦਾਸ ਹੁੰਦੀ ਹੈ, ਦੁਨੀਆਂ 'ਚ ਇਸ ਗੱਲ ਦੀ ਚਰਚਾ ਹੈ ਕਿ ਜਿਹੜੇ ਪੰਥਕ ਲੋਕ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਚਕ ਗੁਰੂ ਨਾਨਕ ਨਾਮ ਲੇਵਾ ਸੰਗਤ ਸਦਾ ਹੀ ਸਰਬੱਤ ਦਾ ਭਲਾ ਮੰਗਦੀ ਹੈ। ਆਪਾਂ ਤਾਂ ਦੀਨ ਦੁਨੀਆਂ ਦਾ ਭਲਾ ਮੰਗਦੇ ਹਾਂ ਕਿ ਆਪਾਂ ਆਪਣੇ ਪਿੰਡਾਂ 'ਚ ਰਹਿ ਕੇ ਇੱਕ ਦੂਜੇ ਦਾ ਕਿਉਂ ਆਪਾਂ ਨੁਕਸਾਨ ਕਰ ਜਾਂਦੇ ਹਾਂ। ਇਹ ਸਮਝ ਨਹੀਂ ਆਈ ਇਹ ਪੰਜਾਬੀਆਂ ਨੂੰ, ਕਦੋਂ ਇਹ ਪਰਮਾਤਮਾ ਅਕਲ ਦੇਣਗੇ, ਕਹਿੰਦੋ ਜਾਂ ਇਸ ਗੱਲ ਤੋਂ ਆਪਾਂ ਕਦੋਂ ਮੁਕਤੀ ਪਾ ਸਕਾਂਗੇ। ਹੋਰ ਸਭ ਕੁਛ ਹੈਗਾ ਆਪਣੇ ਕੋਲ, ਕਿਸੇ ਗੱਲ ਦੀ ਘਾਟ ਨਹੀਂ, ਸਾਰਾ ਕੁਛ ਪਰਮਾਤਮਾ ਨੇ ਦਿੱਤਾ। ਆਪਾਂ ਸਭ ਨੂੰ ਸ਼ੁਕਰ ਆਪਾਂ ਨੂੰ ਕਰਨਾ ਚਾਹੀਦਾ ਗੁਰੂ ਸਾਹਿਬ ਦਾ। ਲੇਕਿਨ ਇਹਨਾਂ ਗੱਲਾਂ ਤੋਂ ਅਗਰ ਆਪਾਂ ਬਾਹਰ ਆ ਜਾਈਏ ਤਾਂ ਫਿਰ ਸਮਝਾਂਗੇ ਕਿ ਆਪਣੇ ਜੀਵਨ ਵਿੱਚ ਆਉਣ ਨੂੰ ਆਪਾਂ ਨੂੰ ਸਫਲਤਾ ਮਿਲ ਗਈ, ਆਪਣੇ ਜੀਵਨ ਵਿੱਚ ਆ ਕੇ ਆਪਣਾ ਸਹੀ ਆਪਣੇ ਜੀਵਨ ਦਾ ਅਰਥ ਬਣ ਗਿਆ ਕਿ ਆਪਾਂ ਆਪਣੇ ਜੀਵਨ ਸਫਲ ਕਰ ਸਕੀਏ। ਸੋ ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾ ਹੈ ਸਰਦਾਰ ਜਸਪਾਲ ਸਿੰਘ ਜੀ ਨੇ ਕਿ ਆਪਾਂ ਨੂੰ ਹਰ ਇੱਕ ਨੂੰ ਨਾ ਤਾਂ ਕਿਸੇ ਦਾ ਵੈਰ ਨਾ ਵਿਰੋਧ। ਠੀਕ ਹੈ ਸਿਆਸੀ ਪਾਰਟੀਆਂ ਹੁੰਦੀਆਂ ਨੇ, ਕੋਈ ਐਸੀ ਗੱਲ ਨਹੀਂ, ਲੋਕਤੰਤਰ ਆ, ਬਹੁਤ ਪਾਰਟੀਆਂ ਬੜੇ ਗਰੁੱਪ ਹੀ ਹੁੰਦੇ ਨੇ। ਲੇਕਿਨ ਆਪਾਂ ਸਭ ਨੂੰ ਭਲਾ ਕਰਨਾ ਚਾਹੀਦਾ, ਚੰਗੇ ਕੰਮ ਕਰਨੇ ਚਾਹੀਦੇ ਆ, ਕਦੀ ਕਿਸੇ ਦਾ ਮਾੜਾ ਨਹੀਂ ਸੋਚਣਾ ਚਾਹੀਦਾ। ਜੇ ਆਪਾਂ ਕਿਸੇ ਚੰਗੇ ਕੰਮ ਵਿੱਚ ਯੋਗਦਾਨ ਨਹੀਂ ਪਾ ਸਕਦੇ, ਆਪਾਂ ਨੂੰ ਉਹਦੇ ਵਿੱਚ ਰੁਕਾਵਟ ਨਹੀਂ ਖੜੀ ਕਰਨੀ ਚਾਹੀਦੀ। ਕਮ ਸੇ ਕਮ ਇੰਨਾ ਹੀ ਆਪਾਂ ਜ਼ਰੂਰ ਆਪਣੇ ਮਨ ਨੂੰ ਸਮਝਾਈਏ। ਇਹੀ ਉਸ ਬਹੁਤ ਹੀ ਮਹਾਨ ਸ਼ਖਸੀਅਤ ਦੇ ਪ੍ਰਤੀ ਆਪਣੀ ਸਭ ਦੀ ਸੱਚੀ ਸ਼ਰਧਾ ਹੋਵੇਗੀ। ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬਹੁਤ ਹੀ ਭਰੇ ਮਨ ਦੇ ਨਾਲ ਕਰਕੇ ਜਦੋਂ ਆਏ ਹਾਂ, ਸਾਰਾ ਪਰਿਵਾਰ ਬੈਠਾ ਸੀ ਗੱਲਾਂ ਸੁਣ ਕੇ, ਕਈ ਉਸ ਤੋਂ ਬਾਅਦ ਵੀ ਕਈ ਵਾਰੀ ਮਨ ਵਿੱਚ ਇਹ ਸੋਚ ਆਈ ਕਿ ਕਿਉਂ ਇੱਦਾਂ ਦਾ ਹੋਇਆ। ਇੱਕ ਬਹੁਤ ਹੀ ਨੇਕ ਇਨਸਾਨ ਆ, ਬੜੀ ਚੰਗੀ ਰੂਹ ਦਾ, ਜਿਹਦੀ ਸੋਚ ਬੜੀ ਸਾਫ਼ ਸੁਥਰੀ ਸੀ, ਜਿਹੜਾ ਹਿਰਦਾ ਬੜਾ ਪਵਿੱਤਰ ਸੀ, ਜਿਹੜੇ ਅੰਦਰੋਂ ਸਦਾ ਹੀ ਸੇਵਾ ਦੀ ਗੱਲ ਆਪਣੇ ਆਈ ਹੈ। ਉਹਨਾਂ ਇੱਦਾਂ ਹੋਣੀ ਨਹੀਂ ਸੀ ਚਾਹੀਦੀ, ਪਰ ਫਿਰ ਆਪਾਂ ਹਾਰ ਜਾਂਦੇ ਹਾਂ। ਜਿਸ ਠਾਕਰ ਸੇ ਨਾਰਾਇਣ ਚਾਰਾ ਆਗੋ ਕੀਜੇ ਸਭ ਨਮਸਕਾਰਾ, ਇਹ ਆਪਾਂ ਨੂੰ ਪਹਾੜਾ ਮੰਨਣਾ ਹੀ ਪੈਂਦਾ ਹੈ। ਇਹ ਪਰਮਾਤਮਾ ਆਪਾਂ ਨੂੰ ਮਨਾ ਕੇ ਛੱਡਦੇ ਨੇ, ਇੱਥੇ ਆ ਕੇ ਇਨਸਾਨ ਹਾਰ ਜਾਂਦਾ, ਲੇਕਿਨ ਫਿਰ ਉਹਨਾਂ ਦੀ ਜ਼ਿੰਦਗੀ ਤੋਂ ਬਹੁਤ ਵੱਡਾ ਸਬਕ ਮਿਲਦਾ, ਜਿਹੜਾ ਹਰ ਇੱਕ ਪ੍ਰਾਣੀ ਨੂੰ ਬਹੁਤ ਵੱਡੀ ਗਿਣਤੀ ਵਿੱਚ ਆਪਾਂ ਰਿਸ਼ਤੇਦਾਰ ਸਾਖ ਸੰਬੰਧੀ ਦੋਸਤ ਮਿੱਤਰ ਸਰਦਾਰ ਜਗਦੀਸ਼ ਸਿੰਘ ਜੀ ਦੇ ਭਾਈਵੰਦ ਸਾਰੇ ਆਏ ਆ, ਸਾਰੀਆਂ ਪਾਰਟੀਆਂ ਦੇ ਆਗੂ ਸਹਿਬਾਨ ਬੈਠੇ ਆ। ਸੋ ਕੁਛ ਨਾ ਕੁਛ ਜ਼ਰੂਰ ਆਪਾਂ ਨੂੰ ਉਸ ਆਪਣੇ ਵੀਰ ਦੀ ਜੀਵਨੀ ਤੋਂ ਕੁਛ ਸਿੱਖ ਕੇ ਜਾਣਾ ਚਾਹੀਦਾ, ਉਹੀ ਉਹਦੇ ਪ੍ਰਤੀ ਸੱਚੀ ਸ਼ਰਧਾ ਹੋਵੇਗੀ। ਇੰਨਾ ਕੁਛ ਕਹਿਣਾ ਹੋਇਆ, ਸਾਰੇ ਪਰਿਵਾਰ ਦਾ ਦੁੱਖ ਵਧਾਉਣ ਦੀ ਕੋਸ਼ਿਸ਼ ਕਰਦੇ ਹੋਏ, ਦੁੱਖ ਵਧਾਉਂਦੇ ਹੋਏ, ਗੁਰਬਾਣੀ ਦਾ ਪ੍ਰਮਾਣ ਹੈ ਵਿੱਚ ਦੁਨੀਆਂ ਸਿਹਤ ਸਮਾਈਏ ਅਤੇ ਦਰਗਾਹ ਦਰਸ਼ਨ ਪਾਈਏ। ਆਪਾਂ ਸਭ ਨੂੰ ਯਕੀਨ ਹੈ ਕਿ ਜਿਤਨੀ ਸੇਵਾ ਨਾਥ ਲੋਕ ਵਿੱਚ ਕਰਕੇ ਗਏ ਨੇ, ਰਾਮੇਵਾਲ ਲਈ ਕਰਕੇ ਗਏ ਨੇ, ਗਰੀਬ ਗੁਰਦੇ ਲਈ, ਲੋੜਵੰਦਾਂ ਲਈ ਸਰਦਾਰ ਜਸਪਾਲ ਸਿੰਘ ਜੀ ਕਾਲਾ ਕਰਕੇ ਗਏ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਸਭ ਵਾਸਤੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਪੁੱਛਣਾ, ਇੰਨਾ ਕੁਛ ਕਹਿੰਦਾ ਹੋਇਆ ਉਸ ਬਹੁਤ ਹੀ ਮਹਾਨ ਸ਼ਖਸੀਅਤ ਨੂੰ
ਸ਼ਰਧਾ ਦੇ ਤੌਰ ਤੇ ਕਰਨਾ ਹੈ ਤੇ ਸਾਰੀ ਸੰਗਤ ਨੂੰ ਖਿਮਾ ਮੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਾਜ਼ਰੀ ਵਿੱਚ ਬੈਠੇ ਹੋਏ ਸਰਕਾਰ ਦੇ ਭੈਣਾਂ ਭਰਾਵਾਂ ਤੇ ਪਿਆਰੇ ਸਾਥੀਓ, ਅੱਜ ਜੀ ਦੇ ਸ਼ੋਕ ਨੂੰ ਸ਼ਵਾ ਅੱਜ ਦਾ ਇਹ ਮਹਾਨ ਇਕੱਠ ਸਵਰਗੀ ਸਰਕਾਰ ਜੋ ਦਰਪਾਲ ਸਿੰਘ ਕਾਲਾ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਅੰਤਮ ਅਰਦਾਸ ਵਿੱਚ ਆਪਾਂ ਸਾਰੇ ਸ਼ਾਮਿਲ ਹੋਏ ਹਾਂ। ਜੋ ਵੀ ਸਾਂਝ ਇੱਕ ਦੁਨੀਆਂ ਵਿੱਚ ਆਇਆ ਉਸਨੇ ਇੱਕ ਦਿਨ ਜ਼ਰੂਰ ਜਾਣਾ, ਇਹ ਇੱਕ ਅਟਲ ਸੱਚਾਈ ਹੈ। ਪਰ ਜਿਹੜੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦੇ ਹੋਏ ਚੰਗੇ ਕੰਮ ਕਰਦੇ ਆ, ਨੇਕ ਕੰਮ ਕਰਦੇ ਆ, ਧਾਰਮਿਕ ਪ੍ਰਤੀ ਕੰਮ ਕਰਦੇ ਆ, ਉਹਨਾਂ ਦੀ ਰੋਸਤ ਹੁੰਦੀ ਆ, ਉਹਨਾਂ ਦੀ ਵਡਿਆਈ ਹੁੰਦੀ ਆ। ਅੱਜ ਜਿਸ ਤਰ੍ਹਾਂ ਭਾਈ ਸਾਹਿਬ ਦੱਸ ਰਹੇ ਸੀ, ਇਹ ਪਰਿਵਾਰ ਸਾਡੇ ਇਸ ਇਲਾਕੇ ਦਾ ਬਹੁਤ ਹੀ ਸਿਰ ਕੱਢ ਲੇਖ ਔਰ ਸਾਰੇ ਕੰਮਾਂ ਵਿੱਚ ਵੱਧ ਹਿੱਸਾ ਲੈਣ ਵਾਲਾ, ਲੋਕਾਂ ਦੀ ਭਲਾਈ ਲਈ ਲੋਕਾਂ ਦੇ ਨਾਲ ਰਹਿਣ ਵਾਲਾ ਪਰਿਵਾਰ ਆ। ਮੇਰਾ ਤਾਂ ਇਸ ਪਰਿਵਾਰ ਦੇ ਨਾਲ ਜਗਜੀਤ ਸਿੰਘ ਗੋਲੀ, ਸਰਵਣ ਸਿੰਘ ਗੋਲੀ, ਮੈਂ ਉਹਨੂੰ ਚਲੋ ਬਾਅਦ 'ਚ ਚਾਰ ਵਾਰੀ MLA ਵੀ ਬਣੇ ਆ, ਮੰਤਰੀ ਵੀ ਬਣੇ ਆ। ਮੈਂ ਉਹਨੂੰ ਪਿੰਡ ਆਪਣੇ ਵਾਲੇ ਸਰਪੰਚ ਹੀ ਹੁੰਦਾ ਜੀ, ਜਦੋਂ ਉਹਦਾ ਸਾਡੇ ਜਗਜੀਤ ਸਿੰਘ ਉਹਨਾਂ ਨਾਲ ਸਮਾਜ ਉਹਨਾਂ ਨਾਲ ਮੇਰਾ ਉਦੋਂ ਤੋਂ ਹੀ ਅੱਜ ਤੱਕ ਬੜਾ ਇਸ ਪਰਿਵਾਰ ਦੇ ਨਾਲ ਬਹੁਤ ਡੂੰਘਾ ਪਰਿਵਾਰ ਆ। ਹਰ ਵੇਲੇ ਇੱਕ ਦੂਜੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੈ। ਪਰ ਮੈਂ ਕੰਮ ਜਾ ਕੇ ਆ ਜਿਹੜਾ ਭਾਣਾ ਵਰਤਿਆ ਇਹ ਪਤਾ ਨਹੀਂ ਪਰਮਾਤਮਾ ਨੂੰ ਕੀ ਮਜ਼ਬੂਰ ਸੀ ਕਿ ਉਹ ਇਸ ਤਰ੍ਹਾਂ ਬੇਵਾ ਸਾਡੇ MLA ਸਾਹਿਬ ਦੱਸ ਰਹੇ ਸੀ ਅਤੇ ਜਾਣਾ ਤਾਂ ਸਾਰਿਆਂ ਨੇ ਆਪਣੇ ਸਮੇਂ ਸਮੇਂ ਦੇ ਨਾਲ ਸਾਰੀ ਗੱਲ ਠੀਕ ਲੱਗਦੀ ਆ। ਇਸ ਬੇਵਕ ਮੌਤ ਨੇ ਸਾਡੇ ਇਲਾਕੇ ਵਿੱਚ ਬਹੁਤ ਹੀ ਚੋਕੀ ਹੈ ਪੈਦਾ ਕੀਤੀ। ਇਹ ਪਤਾ ਲੱਗਾ ਸੰਸਕਾਰ ਸੀ, ਮੈਂ ਵੀ ਆਇਆ ਸੀ ਉਸ ਟਾਈਮ ਅਤੇ ਬਹੁਤ ਹੀ ਇਲਾਕਾ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਉਸ ਟਾਈਮ ਵੀ ਇਹ ਪਰਿਵਾਰ ਦੇ ਰੂਪ ਵਿੱਚ ਸ਼ਾਮਿਲ ਹੋਏ ਸੀ ਅਤੇ ਅੱਜ ਥੋੜ੍ਹਾ ਥੋੜ੍ਹਾ ਸਮਾਂ ਜਿਸ ਤਰ੍ਹਾਂ ਬੀਤਦਾ ਗੁਰੂ ਥੋੜ੍ਹਾ ਵਾਲਾ ਪਰਿਵਾਰ ਨੂੰ ਇਸ ਤਰ੍ਹਾਂ ਦਾ ਇਸ ਦੁੱਖ ਨੂੰ ਸਹਿਣ ਦਾ ਪਰਮਾਤਮਾ ਵੱਲੋਂ ਵੀ ਜੇ ਕੋਈ ਇਸ ਤਰ੍ਹਾਂ ਦੀ ਕਿਰਪਾ ਹੋਵੇ, ਜੇ ਇਸ ਤਰ੍ਹਾਂ ਦੇ ਨੇਕ ਔਰ ਵਧੀਆ ਪਰਿਵਾਰ ਦਾ ਸਾਡੇ ਜਗਜੀਤ ਸਿੰਘ ਹੋਈ ਤਾਂ ਜ਼ਰੂਰ ਕਿਸੇ ਨਾਲ ਚੰਗੀ ਮਾੜੀ ਕਰ ਲੈਂਦੇ ਹੋਣਗੇ, ਕੀਤੀ ਵੀ ਆ। ਮੈਂ ਵੀ ਬੜੇ ਸਿਆਣੇ ਇੱਕ ਜਾਗੋਰ ਫਲੋਣੀ ਵੀ ਬੈਠੇ ਆ, ਇਹ ਵੀ ਕਈ ਗੱਲਾਂ ਉਹਨਾਂ ਨੂੰ ਆਪਣੇ ਮਗਰ ਲਾ ਲੈਂਦੇ ਆ। ਪਰ ਮੈਂ ਸਮਝਦਾ ਕਿ ਜੇ ਜਸਪਾਲ ਹੋਈ ਇਸ ਇਕੱਲਾ ਪਰਿਵਾਰ ਨੂੰ ਨਹੀਂ, ਮੈਂ ਸਮਝਦਾ ਕਿ ਇਸ ਪਿੰਡ ਨੂੰ ਔਰ ਸਮਾਜ ਨੂੰ ਅਸੀਂ ਆਪਣੇ ਆਪ ਨੂੰ ਵੀ ਸਮਝਦੇ ਹਾਂ ਅਤੇ ਸਾਨੂੰ ਵੀ ਬਹੁਤ ਵੱਡਾ ਘਾਟਾ ਪਿਆ। ਪਰ ਇਹ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਮੈਂ ਹੋਣ ਵਾਲਾ ਸਮਾਂ ਨਾ ਲਿਖਿਆ ਹੋਇਆ ਬੜਾ ਪਰਿਵਾਰ ਬੰਦੇ ਨਾਲ ਇਸ ਪਰਿਵਾਰ ਦੇ ਦੁੱਖ ਦੇ ਵਿੱਚ ਵੀ ਹੁੰਦਾ ਹੋਇਆ ਪਰਮਾਤਮਾ ਅੱਗੇ ਇਲਾਜ ਕਰਦੇ ਹਾਂ ਅਤੇ ਪਰਮਾਤਮਾ ਇਹ ਪਵਿੱਤਰ ਦੂਸਰੀ ਨੂੰ ਆਪਣੇ ਚਰਨਾਂ ਦੇ ਵਾਰ ਦੇਵੇ, ਕਿਸੇ ਪਰਿਵਾਰ ਨੂੰ ਭਾਣਾ ਬਣਨ ਦਾ ਵਾਰਦਾ ਸੀ ਕਿ ਪਰਿਵਾਰ ਵੱਲੋਂ ਇਹੀ ਬੇਨਤੀ ਕਰਦੇ ਹੋਏ ਕਿ ਪਰਿਵਾਰ ਨੂੰ ਤੁਹਾਡਾ ਇੱਕ ਇੱਕ ਆਦਮ ਖਾਲ ਕੇ ਤੁਸੀਂ ਪਰਿਵਾਰ ਦਾ ਰੁੱਖ ਬਣਾਉਣ ਦੇ ਲਿਆ ਆ। ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦਾ ਦੁੱਖ ਬਣਾਇਆ, ਸਿਆਣਿਆਂ ਦਾ ਕਰ ਰਹੇ ਹਾਂ ਕਿ ਦੁੱਖ ਦੁੱਖ ਬਣਾਇਆ ਜਾਵੇ ਤਾਂ ਦੁੱਖ ਘੱਟਦਾ ਆ। ਜ਼ਰੂਰ ਤੁਹਾਡੀ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਨੂੰ ਇਸ ਪ੍ਰਣ ਦਾ ਜ਼ਰੂਰ ਪ੍ਰਾਪਤ ਮਿਲੂਗੀ ਅਤੇ ਮੈਂ
ਇਹੀ ਫਿਰ ਤੁਹਾਡਾ ਧੰਨਵਾਦ ਕਰਦਾ ਹੋਇਆ ਔਰ ਇਹੀ ਪਰਮਾਤਮਾ ਨੂੰ ਔਰ ਪਰਿਵਾਰ ਨੂੰ ਕਿ ਤੁਸੀਂ ਇੱਕ ਇੱਕ ਜੋ ਵੀ ਆਏ ਆ ਜ਼ਰੂਰ ਮਾਣਾ ਮੁੰਡਾ ਜੋ ਪਰਿਵਾਰ ਵੱਲੋਂ ਤਰੰਕਾ ਫੁਲਕਾ ਇਹ ਜੋ ਲੰਘ ਰਿਹਾ ਅਤੇ ਸਾਰਿਆਂ ਦੇ ਲੰਘੇ ਛੱਡ ਕੇ ਜਾਣਾ ਫਿਰ ਪਰਮਾਤਮਾ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਉੱਥੇ ਪਰਿਵਾਰ ਵੱਲੋਂ ਇੱਕ ਹੁਕਮ ਕੀਤਾ ਗਿਆ ਕਿ ਕਿਸੇ ਨੇ ਵੀ ਜਦੋਂ ਦਸਤਾਰ ਦੀ ਰਸਮ ਅਦਾ ਹੋਈ ਹੈ ਮਾਇਆ ਦੇਣ ਦੀ ਕੋਸ਼ਿਸ਼ ਨਹੀਂ ਕਰਦੀ ਸੋ ਪ੍ਰਸ਼ਾਦਾ ਪਾਣੀ ਤਿਆਰ ਹੈ ਦੇ ਵਰਤੇ ਉਸ ਤੋਂ ਪਹਿਲਾਂ ਦਸਤਾਰ ਦੀ ਰਸਮ ਅਦਾ ਹੋਵੇਗੀ ਸੋ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛੱਡ ਕੇ ਜਾਣਾ ਸੋ ਹੋਈਆਂ ਭੁੱਲਾਂ ਚੁੱਕਾਂ ਅਤੇ ਗੁਨਾਹਾਂ ਦੀ ਜੋ ਮਾਫੀ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਣਾ ਪ੍ਰਸ਼ਾਦੀ ਦੇ ਲੋਕਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ